मॉर्निंग आदाब सत श्री अकाल अमृतसर, तुसी सुन रहे हो 98.3 मिर्ची ते मैं हां तुहाडा अपना परवेज। मैं गल दसो तुहाडे दिन दी शुरुआत किदां हुंदी है? चिया दे नाल कमाल है अमृतसर, तुसी सच्ची मतलब खुद बड़े जेनुइन बंदे हो। जो कदे किसे नाल कहंदे ने ना प्यार पाईदा मेरा टूरा रखना जरूरी, थोड़े सोने गाने दे नाल मुड़ के तबे सोनिए मुंडा हर नबलो कर दा आओ मैडम इधर आओ आओ बैठो आओ इधर आओ इधर आओ इधर आओ इधर आओ इधर आओ इधर आओ पासवर्ड जाओ ए पासवर्ड पासवर्ड ए मैडम नहीं जाके तोड़े नाल किडनैप करके ले जानी है क्या ओए चल पासवर्ड मैडम तू इथे बैठो इथे बैठो ए सारे दे ना के भी नहीं आए मैं तो डियो लाके आया बैग में ले लेना तू सी बैठो बकवास कर देने मेरी सवारी हैगी है ए किधर सामान है ये तोड़ा नहीं है मैं सामान लेके नहीं पापा पापा जी मेरा सामान चोरी कर रहे नहीं नहीं चोरी नहीं कर रहा मैंने लगा मैडम का सामान है आपको कितने जाना है मैं गुरु बाजार जाना है तुसी गुरु बाजार जाना है गुरु बाजार आओ जी बैठो जी मैडम जी थोड़ा थल्ले खिसक जाइए थोड़े नाल कंपनी हो जाएगी और मेरे 20 रुपए बढ़ जाएंगे एक्सक्यूज मी मैं कल ले जाना है चलना है तो चल नहीं तो मैं कोई और रिक्शा ले लूंगी पापा जी तुसी कोई और रिक्शा पकड़ लो जी कोई भी ले जाओ कोई भी ले जाओ मैंने सवेरे सवेरे पंगा नहीं चाहिए ओके चलो किथे जाना है मैडम जी इधरों निकल मैं रास्ता अरे मैडम वो उत्थे मुंडे खेल रहे हैं उन्हें तो पूछ लो लो जी मैच हो गया जे फसवा ते ओ बच्चा रह जे दसवा तू तो परा के बैठा खसमा ला कहीं आया मुश्क मारी जाना है लो जी सानू मैच जितनी चाहिए जी दो बॉलों में 6 रन है इधर बॉल तैयार करो ते खड़ा है जी गरीबा ना मलिंगा बॉलर ने बॉल छुट्टी
ਮੈਂ ਘਰ ਦਾ ਐਡਰੈਸ ਦੱਸੂਗੇ। 3624 36। ਬੜਾ ਕਿਸੇ ਨੇ ਕੈਟਰੀਨਾ ਕੈਫ ਦੀ ਫਿਗਰ ਕਰਕੇ ਘਰ ਬਣਾਇਆ ਜੀ। ਸੌਰੀ ਸੂਟ ਤਾਂ ਨਾ ਪਾ ਗਿਆ ਸੀ। ਇੱਕ ਮਿੰਟ, ਹਾਂ ਐਡਰੈਸ। ਤੂੰ ਚੰਡੀਗੜ੍ਹ ਆਇਆ ਜੀ? ਹਾਂ, ਤੁਹਾਨੂੰ ਕਿੱਦਾਂ ਪਤਾ ਲੱਗਿਆ? ਆ ਨਾਈਟ ਕਲੱਬ ਵਾਲੇ ਕਾਰਡ ਜਿਹਦੇ ਉੱਤੇ ਐਡਰੈਸ ਲਿਖੀ ਫਿਰਦੇ ਹੋ। ਇੰਨੀਆਂ ਚੱਕਵੀਆਂ ਕੁੜੀਆਂ ਚੰਡੀਗੜ੍ਹ ਦੀਆਂ ਹੋ ਸਕਦੀਆਂ ਜਿਹੜੀਆਂ ਨਾਈਟ ਕਲੱਬਾਂ ਜਾਂਦੀਆਂ? ਕਿਉਂ, ਇੱਥੇ ਦੀਆਂ ਨਹੀਂ ਜਾਂਦੀਆਂ? ਇੱਥੇ ਤਾਂ ਮੁੰਡੇ ਵੀ ਨਹੀਂ ਜਾਂਦੇ ਜੀ। ਕਿਉਂ? ਸੰਸਕਾਰ, ਅਸੀਂ ਦਿਨੇ ਦਿਨੇ ਜਾਈਦਾ। ਬਕਵਾਸ, ਮੈਨੂੰ ਅੰਮ੍ਰਿਤਸਰ ਨਹੀਂ ਪਸੰਦ। ਐਨੀਵੇ, ਕੀ ਕਮੀ ਆ ਜੀ ਸਾਡੇ ਅੰਮ੍ਰਿਤਸਰ ਦੇ ਵਿੱਚ? ਇੰਨਾ ਸੋਹਣਾ ਸ਼ਹਿਰ ਹੈ ਜੀ, ਦੁਨੀਆ ਆਉਂਦੀ ਆ ਦੇਖਣ ਲਈ ਇਹਨੂੰ। ਨਹੀਂ, ਉਹ ਤਾਂ ਹੈ। ਤੁਸੀਂ ਪਲੀਜ਼ ਮੈਨੂੰ ਐਡਰੈਸ ਦੱਸੋਗੇ? ਚਬੂਤਰੇ ਵਾਲੀ ਗਲੀ ਕਿੱਥੇ ਆ? ਚਬੂਤਰਾ ਨਹੀਂ ਜੀ, ਚੌਂਕ ਚਬੂਤਰਾ। ਹਾਂਜੀ ਉਹੀ। ਤੁਸੀਂ ਦੱਸ ਦੋਗੇ ਕਿੱਥੇ? ਤੁਸੀਂ ਗੁਆਚ ਜਾਓਗੇ ਗਲੀਆਂ 'ਚ, ਮੈਂ ਛੱਡਿਓ ਨਾ। ਨੋ ਥੈਂਕ ਯੂ, ਤੁਸੀਂ ਪਲੀਜ਼ ਮੈਨੂੰ ਦੱਸ ਦੋਗੇ ਰਸਤਾ ਕਿੱਥੇ? ਉੱਥੇ ਗਲੀਆਂ 'ਚ ਕੁੱਤੇ ਬਹੁਤ ਹੁੰਦੇ ਆ ਜੀ, ਵੱਢਦੇ ਨੇ। ਤੁਸੀਂ ਪੱਪੀਆਂ ਲੈਣ ਵਾਲੇ ਕੁੱਤੇ ਸੁਣੇ ਆ ਜੀ ਕਦੀ? ਵੱਢਣਾ ਕੰਮ ਹੈ ਉਹਨਾਂ ਦਾ, ਵੱਢਣਗੇ ਹੀ। ਆਓ ਛੱਡਿਓ ਨਾ। ਆਈਲ ਮੈਨੇਜ, ਤੁਸੀਂ ਪਲੀਜ਼ ਮੈਨੂੰ ਰਸਤਾ ਦੱਸ ਦਿਓ, ਮੈਂ ਚਲੀ ਜਾਂਗੀ। ਆਓ ਸਿੱਧੇ ਜਾਓ ਜੀ, ਤੁਹਾਨੂੰ ਮਿਲੂਗਾ ਜੀ ਭੋਲਾ ਰਬੜੀ ਵਾਲਾ। ਉੱਥੋਂ ਬਿਲਕੁਲ ਖੱਬੇ ਹੋ ਲਿਓ, ਖੱਬੇ ਹੁੰਦੇ ਸਾਰੀ ਤੁਹਾਨੂੰ ਮਿਲੂਗਾ ਨਾਟਾ ਗੋਲ ਗੱਪਿਆਂ ਵਾਲਾ। ਨਾਟੇ ਗੋਲ ਗੱਪਿਆਂ ਵਾਲੇ ਦੇ ਬਿਲਕੁਲ ਰਾਈਟ ਹੈਂਡ ਸਾਈਡ ਜਿਹੜੀ ਗਲੀ ਮੁੜਦੀ ਆ ਉਹਦੇ 'ਚ ਹੈਗਾ ਨੱਥਾ ਗੋਲ ਪਾਪੜੀ ਵਾਲਾ। ਨੱਥੇ ਗੋਲ ਪਾਪੜੀ ਵਾਲੇ ਤੋਂ ਖੱਬੇ ਮੁੜਦੇ ਨਾਲ ਹੀ ਤੁਹਾਨੂੰ ਮਿਲੂਗਾ ਕਲਾਸ਼ ਜਲੇਬੀਆਂ ਵਾਲਾ। ਕਲਾਸ਼ ਜਲੇਬੀਆਂ ਵਾਲੇ ਤੋਂ ਸਿਰਫ 20-25 ਕਦਮਾਂ ਉੱਤੇ ਖਲੋਤਾ ਹੋਊਗਾ ਜੀ ਫਲੂਦੇ ਵਾਲਾ ਖੁਰਾਨਾ। ਉੱਥੋਂ ਚੌਂਕ ਚਬੂਤਰਾ ਸ਼ੁਰੂ ਹੋ ਜਾਂਦਾ। ਇਹ ਕਿਹੋ ਜਿਹਾ ਰਸਤਾ? ਖਾਂਦੇ ਪੀਂਦੇ ਸ਼ਹਿਰ ਦਾ ਰਸਤਾ ਹੈ ਜੀ। ਵੈਸੇ ਤੁਸੀਂ ਨਾ ਕੀ ਦੱਸਿਆ ਸੀ? ਮੈਂ ਆਪਣਾ ਨਾਂ ਦੱਸਿਆ ਜੀ। ਥੈਂਕ ਯੂ। ਚਲੋ ਚਲੋ, ਆਊਟ ਨਹੀਂ ਹੋਇਆ ਮੈਂ, ਰਿਫਰੈਸ਼ਮੈਂਟ ਬ੍ਰੇਕ ਸੀ, ਕਰਾਓ ਬਾਲ। ਇਹਦਾ ਤੇ ਕੰਮ ਹੀ ਆ ਰੋਂਦੀ ਬਿਟਣਾ। ਚਲੋ ਆਜੋ ਆਜੋ, ਦੋ ਬੋਲਰ ਰਹਿ ਗਈਆਂ, ਆਪਾਂ ਜਿੱਤ ਜਾਣਾ। ਸੁਣਦੇ ਰਹੋ ਇੰਡੀਆ ਦਾ ਨੰਬਰ 1 ਰੇਡੀਓ ਸਟੇਸ਼ਨ 98.3 ਮਿਰਚੀ। ਮਿਰਚੀ ਸੁਣਨੇ ਵਾਲੇ ਆਲਵੇਸ ਖੁਸ਼। ਮੁੜ ਕੇ ਤਾਂ ਵੇਖ ਸੋਹਣੀਏ ਮੁੰਡਾ ਹਰ ਨਮਨੋ ਕਰਦਾ। ਬਦਤਮੀਜ਼ੀ ਕਰ ਰਹੇ? ਨਹੀਂ ਜੀ, ਬਦਤਮੀਜ਼ੀ ਨਹੀਂ ਕਰ ਰਹੇ, ਛੇੜ ਨਹੀਂ ਰਹੇ। ਆ ਗਾਣਾ ਬਣੇ ਸਾਈਡ ਤੇ ਕਰਨ ਲਈਏ। ਸ਼ਟ ਅਪ। ਹੈਲੋ, ਹਾਂਜੀ ਮੰਮਾ, ਮੈਂ ਆਫਿਸ 'ਚ। ਤੁਸੀਂ ਦੱਸ ਕਿੱਥੇ ਆ ਤੂੰ? ਨਹੀਂ ਨਹੀਂ ਮੰਮਾ, ਮੈਂ ਕਲਾਇੰਟ ਨਾਲ ਬੈਠੀ, ਚੰਡੀਗੜ੍ਹ ਆਫਿਸ 'ਚ ਮੰਮਾ, ਕਲਾਇੰਟ ਨਾਲ ਬੈਠੀ। ਅਰੇ ਬੀਬੀ ਜੀ, ਇੱਥੇ ਆਏ ਹੋ ਤੇ ਬਾਗਾ ਬਾਰਡਰ ਜ਼ਰੂਰ ਜਾਣਾ। ਮੈਂ ਫੋਨ ਕਰਦੀ ਮੰਮਾ, ਦਿਮਾਗ ਖਰਾਬ ਹੈ, ਪਤਾ ਨਹੀਂ ਲੱਗਦਾ ਮੈਂ ਫੋਨ ਤੇ ਆ। ਇੱਥੇ ਅੰਮ੍ਰਿਤਸਰ 'ਚ ਸਾਰਿਆਂ ਦਾ ਦਿਮਾਗ ਪੁੱਠਾ ਮੈਨੂੰ ਲੱਗਦਾ। ਵਿਹਲੇ 'ਚ ਨਾ ਹੋਏ ਤਾਂ। ਓਏ ਮੈਡਮ, ਅੰਮ੍ਰਿਤਸਰ ਕੇ ਬਾਰੇ ਮੈਂ ਗਲਤ ਗੱਲ ਨਹੀਂ ਸੁਣੇਗਾ। ਹਮ ਸੀਧੇ ਸੱਚੇ ਅੰਮ੍ਰਿਤਸਰੀਏ ਹੈ, ਆਪ ਕੀ ਤਰ੍ਹਾਂ ਝੂਠੇ ਨਹੀਂ ਹੈ। ਹੋ ਅੰਮ੍ਰਿਤਸਰ ਨੇ ਬੋਲੇ ਹੋ ਚੰਡੀਗੜ੍ਹ ਮੈਂ ਕੀ ਦੱਸਾਂ? ਮੈਂ ਤੈਨੂੰ ਦੱਸੋ, ਜੇ ਮੈਂ ਆਪਣੀ ਆਈ ਤੇ ਆ ਗਈ ਨਾ, ਤੈਨੂੰ ਬੰਦਾ ਬਣਾ ਦੂੰਗੀ ਮੈਂ। ਜਗ੍ਹਾ ਤੇਰੀ, ਟਾਈਮ ਤੇਰਾ, ਡਾਂਗ ਮੇਰੀ, ਬਹਿਮ ਤੇਰਾ, ਅੱਗੇ ਤਾਂ ਸੁਣੀ ਹੋਊਗਾ। ਤੂੰ ਰੁਕ ਪਾਜੀ, ਬੁਲਾ ਲੈ ਪਾਜੀ 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 ਪਾਜੀ। ਉਹ ਬੰਦਾ ਮੈਨੂੰ ਬਦਤਮੀਜ਼ੀ ਕਰ ਰਿਹਾ ਮੇਰੇ ਨਾਲ। ਕੱਢੋ ਕੀ ਉਹ ਬੰਦਾ? ਅੰਕਲ, 302 ਕਿੱਥੇ? 302 301 ਦੇ ਨਾਲ। ਥੈਂਕ ਯੂ। ਭਈਆ, 302 ਕਿੱਥੇ? ਪਤਾ ਨਹੀਂ ਜੀ, ਆ ਕੌਣ ਹੈ? ਵੇਖੀ ਵੇਖੀ ਜੀ ਲੱਗਦੀ ਆ। ਨਾ ਭੈਣ ਜੀ, ਜਦੋਂ ਤੱਕ ਤੇਰੇ ਮੁੰਡੇ ਦਾ ਰਿਸ਼ਤਾ ਨਹੀਂ ਨਾ ਹੁੰਦਾ, ਐਂ ਭੁਲੇਖੇ ਪੈਣਗੇ। ਸਤਿ ਸ਼੍ਰੀ ਅਕਾਲ ਜੀ, ਰਾਜਵੀਰ ਦਾ ਘਰ ਕਿੱਥੇ ਹੈ? ਕਿਹੜਾ ਰਾਜਵੀਰ? ਜਿਹੜਾ ਕੁੜੀ ਲੈ ਕੇ ਭੱਜ ਗਿਆ ਸੀ। ਨਾ ਨਾ ਭੈਣ ਜੀ, ਇਹ ਤਾਂ ਉਹ ਰਾਜਵੀਰ ਦੀ ਗੱਲ ਕਰਦੀ ਹੈ ਜਿਹਦੇ ਨਾਲ ਤੇਰੀ ਕੁੜੀ ਭੱਜਣ ਨੂੰ ਫਿਰਦੀ ਸੀ। ਭੈਣ ਜੀ, ਹਾਂਜੀ, ਜੁੱਤੀਆਂ ਨਾ ਖਾ ਲਿਓ ਮੈਥੋਂ। ਆਂਟੀ ਆਂਟੀ, 302 ਆ ਰਿਹਾ। ਅੱਛਾ, ਥੈਂਕ ਯੂ। ਕਾਕੇ, ਰਾਜਵੀਰ ਦਾ ਘਰ ਕਿੱਥੇ ਆ? ਮੈਨੂੰ ਹੀ ਸਮਝ ਲੋ, ਖੋਤਾ। ਭੈਣਾ, ਤੇਰੇ ਸਿਰ 'ਚ ਤੇ ਸਿੱਕਰੀ ਬੜੀ ਆ। ਯੂ ਮੀਨ ਡੈਂਡਰਫ? ਨੀ, ਐਡੀ ਮਾਡਰਨ ਨਾ ਬਣ, ਸਿਰ 'ਚ ਤੇ ਵੇਖ ਕਾਲੀਆਂ ਕੱਟੀਆਂ ਨੇ, ਕਿੱਦਾਂ ਰੇਅ ਬਣਾਈ ਆ।
ਉਹ ਰਾਜਵੀਰ ਦਾ ਘਰ ਕਿੱਥੇ ਆ? ਹਾਂ ਵੇਖ ਜਿਹਨੂੰ ਜਿੰਦਰਾ ਵੱਜਾ ਆ। ਅੱਛਾ ਕਦੋਂ ਵਾਪਸ ਆਉਣਾ? ਤੂੰ ਵੀ ਪੈਸੇ ਲੈਣੇ ਆ ਨਾ ਤੂੰ? ਨਹੀਂ ਮੈਂ ਕਿਸੇ ਕੰਮ ਤੋਂ ਆਈ ਆ। ਲੈ ਉਹ ਆਪ ਤਾਂ ਕੋਈ ਕੰਮ ਨਹੀਂ ਕਰਦੇ, ਤੈਨੂੰ ਕੀ ਕੰਮ ਪੈ ਗਿਆ ਉਹਨਾਂ ਨਾਲ? ਉਹਦੀ ਫਰੈਂਡ ਆ। ਨਹੀਂ ਗਰਲਫ੍ਰੈਂਡ ਆ? ਨਹੀਂ। ਫੇਰ ਤੂੰ ਕਿਤੇ ਰਿਸ਼ਤੇ ਰੁਸ਼ਤੇ ਬਾਰੇ ਤਾਂ ਨਹੀਂ ਸੋਚੀ ਬੈਠੀ ਉਹਦੇ ਨਾਲ? ਨਹੀਂ ਮੈਂ ਸੋਚੀ ਵੀ ਨਾ। ਇਸ ਮਹੱਲੇ ਚ ਵਿਆਹ ਕੇ ਆਈ ਕੁੜੀ ਦੀ ਨਾ ਜੂਨ ਹੀ ਮਾੜੀ ਹੈ। ਅਸੀਂ ਵੀ ਤੇਰੇ ਵਾਂਗ ਹੁੰਦੀਆਂ ਸੀ, ਬਰੀਕ ਬਰੀਕ ਜੀਆਂ। ਕੋਈ ਮਿਸ ਲੁਧਿਆਣਾ, ਕੋਈ ਮਿਸ ਪਟਿਆਲਾ, ਕੋਈ ਮਿਸ ਗਿੱਦੜ ਬਾਹਾ। ਆ ਹੁਣ ਵੇਖ ਲੈ, ਸਾਰੀਆਂ ਹੀ ਮਿਸ ਮਾਰਦੀਆਂ। ਕੋਈ ਗੱਲ ਨਹੀਂ ਜੀ। ਨਹੀਂ ਕਿਉਂ ਭਜਾਤੀ ਤੂੰ? ਨਹੀਂ ਚੰਗਾ ਹੀ ਕੀਤਾ ਭਜਾਤੀ। ਜੇ ਐਡੀ ਸੋਹਣੀ ਕੁੜੀ ਮਹੱਲੇ ਚ ਵਿਆਹ ਕੇ ਆ ਜਾਂਦੀ, ਅਸੀਂ ਤੇ ਸਾਰੀਆਂ ਨੇ ਉਹਦੇ ਸਾਹਮਣੇ ਭੈੜੀਆਂ ਲੱਗਣਾ ਸੀ। ਬਾਬੂ ਜੀ ਅੱਜ ਜਰਾ ਫੋਨ ਦੇ ਆਪਣਾ, ਮੈਂ ਘਰੇ ਕਹਿਣਾ ਕਿ ਅੱਜ ਰੋਟੀ ਨਹੀਂ ਖਾਣੀ। ਉਹ ਜੇ ਬਣ ਗਈ ਤਾਂ ਸਾਡੇ ਵੱਲ ਭੇਜ ਦੀ, ਤੇ ਤੂੰ ਮੇਰੇ ਫੋਨ ਦਾ ਬੈਲੈਂਸ ਘੱਟ ਨਾ ਕਰਿਆ ਕਰ ਤੇ ਚੱਲ ਕੰਮ ਕਰ ਜਾ ਕੇ। ਇੱਥੇ ਪੀਸੀਓ ਹੈ? ਹਾਂਜੀ ਪੀਸੀਓ। ਨਹੀਂ ਜੀ ਪੀਸੀਓ ਤਾਂ ਨਹੀਂ ਆ ਜੀ। ਮੈਂ ਤੁਹਾਡਾ ਫੋਨ ਯੂਜ਼ ਕਰ ਸਕਦੀ ਹਾਂ? ਮੇਰਾ ਫੋਨ ਨਾ ਰਿਕਸ਼ਾ 'ਚ ਰਹਿ ਗਿਆ। ਕਿਉਂ ਨਹੀਂ ਜੀ, ਹੈਲੋ ਜੀ। ਥੈਂਕ ਯੂ ਥੈਂਕ ਯੂ ਥੈਂਕ ਯੂ। ਓਏ ਆ ਕੀ ਕੀਤਾ ਜੀ? ਹੱਥੋਂ ਡਿੱਗੀ ਮੈਂ ਕੀ ਕਰਾਂ? ਹੱਥ ਉੱਟੇ ਤੇਰੇ? ਨਹੀਂ ਪਤਾ ਲੱਗਾ ਮੈਂ ਕਿਹੜਾ ਜਾਣ ਕੇ ਸੁੱਟੀ ਆ। ਸਿਰ ਉੱਤੋਂ ਲੰਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ। ਰੋਕ ਓ ਓਕੇ ਓਕੇ ਰੋਕ ਰਕਸ਼ਾ ਰੋਕ ਦਾ ਰੋਕ ਦਾ। ਕੀ ਹੋਇਆ? ਆਏ ਹਾਏ ਵੇ ਆ ਤੇ ਅਚਾਨਕ ਹੀ ਕੰਬਣ ਡੇ ਪਿਆ ਤੇਰਾ ਰਕਸ਼ਾ। ਇਹਦੇ ਵਿੱਚ ਕੁਝ ਹੈਗਾ। ਕੰਬਣ ਕਿੱਥੇ ਰਿਹਾ? ਤੁਹਾਡੇ ਵਜਨ ਤੋਂ ਕੰਬ ਰਿਹਾ ਔਰ ਇਸੇ ਮਾਤਾ ਥੋੜੀ ਆ ਗਈ ਵੇ। ਤੇਰੇ ਕਹਿਣ ਦਾ ਕੀ ਮਤਲਬ ਹੈ? ਕਹਿਣ ਕੀ ਡੇ ਤੂੰ ਵੀ ਮੈਂ ਮੋਟੀ ਆ? ਮੋਟੀ ਆ ਮੈਂ? ਮੇਰੇ ਕਹਿਣ ਦਾ ਮਤਲਬ ਹੈ ਕਿ ਸ਼ੁਕਰ ਕਰੋ ਸਰਕਾਰ ਕਾ ਜੀ ਚੌਕੀਆਂ ਚੁੰਗੀਆਂ ਬੰਦ ਕਰਾ ਦੀ, ਨਹੀਂ ਤੇ ਹਰ ਚੌਕ ਤੇ ਚੁੰਗੀ ਚੁਕਾਨੀ ਪੜਤੀ। ਤੇਰਾ ਬਹਿ ਜੇ ਸਿਆਪਾ ਹੋ ਜੇ ਤੇਰਾ ਹੈ, ਮਜ਼ਾਕ ਉਡਾਉਂਦਾ ਮੇਰਾ, ਤੇਰੇ ਰਕਸ਼ੇ ਦਾ ਟਾਇਰ ਫਟ ਜੇ ਵੀ ਤੂੰ ਕੱਖ ਕਿਸੇ ਦਾ ਨਾ ਰਵੇਂ, ਤੇਰੀ ਜਾਨ ਲੱਥ ਜਵੇ ਵੀ ਤੇਰਾ ਤੂੰ ਡੋਬੀ ਜਾਵੇਂ। ਜਾ ਦਫਾ ਹੋ ਜਾ ਕੇ ਕਿਤੇ। ਬਾਹੂ ਜੀ ਤੁਹਾਡੇ ਸਿਰ ਵਰਗੀ ਗੋਲ ਜੀ ਗੇਂਦ ਲੈ ਕੇ ਚੱਲਿਆ ਮੈਂ। ਉਹ ਕਾਕਾ ਜੀ ਇੱਕ ਬਾਲ ਪਹਿਲਾਂ ਵੀ ਲੈ ਗਏ ਸੀ, ਉਹ ਤਾਂ ਖਾ ਗਿਆ ਮੈਂ। ਹੈਂ ਬਾਹੂ ਤੁਹਾਡੀਆਂ ਵਿਕਣ ਡੀਆਂ, ਤੁਹਾਨੂੰ ਤਾਂ ਮੌਜਾਂ ਨੇ। ਕਿਉਂ ਜੀ? ਉਹ ਕਾਕਾ ਪਹਿਲਾਂ ਪਹਿਲੀ ਬਾਲ ਦੇ ਪੈਸੇ ਦੇ ਕੇ ਜਾ। ਮੈਂ ਕਿਤੇ ਬਾਅਦ ਚੱਲਿਆ ਵਾਂ। ਹਾਏ ਦੇ ਜਿੰਨੇ ਕੁੰਦੇ ਸੀ ਜਦੋਂ ਦੇ ਤੁਹਾਡੇ ਕੋਲ ਆਉਂਦੇ ਆ। ਬਟੂਆ ਭੁੱਲ ਆਇਆ। ਹੈਲੋ ਹਾਂ ਸਿਮੀ ਸੁਣ, ਜੇ ਮੰਮੀ ਦਾ ਕਾਲ ਆਇਆ ਨਾ ਤਾਂ ਕਹਿ ਦੀ ਕਿ ਮੈਂ ਚੰਡੀਗੜ੍ਹ ਆਫਿਸ ਆ। ਅੱਛਾ ਨਾਲੇ ਆ ਵੀ ਕਹਿ ਦੀ ਕਿ ਅੱਧੇ ਘੰਟੇ ਪਹਿਲੇ ਤੂੰ ਮੈਨੂੰ ਮਿਲੀ ਸੀ। ਮੈਂ ਅੰਮ੍ਰਿਤਸਰ ਆਈ, ਜਿਹੜਾ ਮੁੰਡਾ ਮੰਮੀ ਦੇ ਪਾਪਾ ਨੇ ਪਸੰਦ ਕੀਤਾ ਸੀ ਉਹਨੂੰ ਮਨਾ ਕਰਨ ਆਈ। ਯਾਰ ਉਹ ਬਹੁਤ ਲੰਬੀ ਗੱਲ ਹੈ, ਤੂੰ ਮੇਰੀ ਗੱਲ ਸੁਣ। ਮੇਰਾ ਨਾ ਫੋਨ ਰਿਕਸ਼ਾ 'ਚ ਰਹਿ ਗਿਆ ਅਤੇ ਮੁੰਡੇ ਦਾ ਨੰਬਰ ਉਸੇ ਫੋਨ 'ਚ ਸੀ। ਕਿਸੇ ਵੀ ਤਰ੍ਹਾਂ ਮੇਰੇ ਘਰ ਦਿਆ ਤੂੰ ਉਹਦਾ ਨੰਬਰ ਲੈ ਕੇ ਆਪਣੇ ਕੋਲ ਰੱਖੀ ਅਤੇ ਮੈਂ ਤੁਹਾਨੂੰ ਥੋੜ੍ਹੀ ਦੇਰ 'ਚ ਕਾਲ ਕਰਦੀ। ਚੱਲੂਗਾ? ਓਕੇ ਇੱਕ ਤੋਂ ਹੋਰ ਨਾ ਲੈ। ਥੈਂਕ ਯੂ ਜੀ। ਪਹਿਲੀ ਬਾਲ ਦੇ ਪੈਸੇ ਤੇ ਤੇਨੀ ਤੂੰ ਇੱਥੇ? ਮੈਂ ਕਦੋਂ ਕਿਹਾ ਜੀ ਆਪਾਂ ਦੁਬਾਰਾ ਨਹੀਂ ਮਿਲਣਾ? ਓਹ ਤੁਹਾਨੂੰ ਐਡਰੈਸ ਮਿਲ ਗਿਆ ਜੀ? ਉਹ ਹਾਂ ਮਿਲ ਗਿਆ। ਬਹੁਤ ਮਾੜਾ ਹਾਲ ਸੀ ਮੁਹੱਲੇ ਦਾ। ਅੱਛਾ ਜੀ ਫਿਰ ਕਿਸੇ ਹੋਰ ਮਹੱਲੇ ਚਲੇ ਜਾਣਾ ਸੀ? ਮੈਂ ਘਰ ਕਿਰਾਏ 'ਤੇ ਲੈਣ ਆਈ ਸੀ, ਮਿਲਣ ਆਈ ਸੀ ਮੈਂ ਕਿਸੇ ਨੂੰ। ਪਾਗਲ ਕਰਤਾ ਹੈ ਲੋਕਾਂ ਨੇ, ਵੈਰੀ ਵੀਅਰਡ ਪੀਪਲ। ਗੱਲ ਕਰਨ ਦੀ ਅਕਲ ਹੀ ਨਹੀਂ ਸੀ। ਲੈ ਜੇ ਗੱਲਾਂ ਹੀ ਕਰਨੀਆਂ ਸੀ ਤਾਂ ਜੀ ਮੇਰੇ ਨਾਲ ਕਰ ਲੈਂਦੇ, ਇੰਨੀ ਦੂਰ ਜਾਣ ਦੀ ਕੀ ਲੋੜ ਸੀ? ਹਾਂ ਸ਼ਟ ਅਪ ਮਾਈਂਡ ਕਰ ਗਏ। ਕਿੰਨਾ ਬੋਲਦਾ ਤੂੰ, ਕੀ ਖਾਣਾ? ਅੰਮ੍ਰਿਤਸਰੀ ਕੁਲਚੇ ਖਾਓਗੇ? ਨੋ ਥੈਂਕਸ। ਅੱਛਾ ਉਹ ਇੱਥੇ ਕੋਈ ਇੱਕ ਅੱਧੀ ਕੌਫੀ ਸ਼ੋਪ ਆ? ਇੱਕ ਅੱਧੀ? ਉਹ ਪੰਜ ਤਾਂ ਹੱਡੀਆਂ ਨੇ ਜੀ, ਇੱਥੇ ਤਾਂ 150 ਕੌਫੀ ਸ਼ੋਪ ਹੈ। ਮੈਨੂੰ ਤਾਂ ਨਹੀਂ ਦੇਖੀ। ਚੰਡੀਗੜ੍ਹ ਮਹੱਲਿਆਂ 'ਚ ਹੁੰਦੀਆਂ ਜੀ ਕੌਫੀ ਸ਼ੋਪਾਂ, ਬਾਹਰ ਨਿਕਲੋ ਗੇੜਾ ਸ਼ੇੜਾ ਦਿਓ ਜੀ ਤਾਂ ਦੇਖਣਗੀਆਂ। ਅੱਛਾ ਦੱਸ ਕਿੱਥੇ ਆ? ਤੁਸੀਂ ਉਹ ਸਾਹਮਣੇ ਉੱਥੋਂ ਟੱਕਣ ਹਲਵਾਈ ਨੂੰ ਖੱਬੇ ਹੋ ਜਿਓ। ਨਹੀਂ ਨਹੀਂ ਵਾਪਸ ਆਓ, ਤੁਸੀਂ ਕਨਫਿਊਜ਼ ਹੋ ਜਾਣਾ। ਛੋਟੂ ਛੋਟੂ ਕਿਨੂੰ ਕਿਹਾ ਯਾਰ? ਐਂ ਕਰ ਵੀਰੇ ਬਣ ਕੇ ਆ ਮੈਡਮ ਨੂੰ ਉੱਥੇ ਤੱਕ ਛੱਡਿਆ। ਅਫੀਨੀ ਜੀ ਮੇਰੀ ਮਾਸੀ ਦੀ ਕੁੜੀ ਲੱਗਦੀ ਆ।
ਕੁੜੀ ਵੇਖੀ ਨਹੀਂ ਯਾਰਾ ਨੌਕਰ ਸਮਝ ਲੈਂਦੇ ਆ ਆ ਫੜ ਆਪਣਾ ਫੋਨ ਆਪੇ ਛੱਡਿਆ ਮੈਂ ਚੱਲਿਆ ਲਓ ਦੱਸੋ ਮੇਰੀ ਡਿਊਟੀ ਲਾ ਗਿਆ ਚਲੋ ਮੈਂ ਮੁੜ ਕੇ ਵੀ ਆਉਣਾ ਮਾਂ ਨੋ ਥੈਂਕਸ ਮੈਂ ਆਪੇ ਚਲੀ ਜਾਊਂਗੀ ਆਟੋ ਨਹੀਂ ਜੀ ਨਹੀਂ 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 बेचारी धुप दे विच कित्थे कॉफी शॉप लभदी फिरू इत्थे कोई कैब्स चलदियां ने इत्थे तां आटो वी एक दिन छड्ड के चलदा जी वैसे इस वेले तां तुहानू कुछ भी नहीं मिलना खानदानी मुंडा जी जिवें बाहूं उवें लाऊं आजो आजो बैजो बैजो चलिए जी इत्थे पिछे वाले हेलमेट नहीं पाउंदे इत्थे तां अगे वाले भी नहीं पाउंदे जी छह साल पहला ना मेरे पापा जी नू किसी ने सड़क पार कराई सी अही हर दिवाली ते उना दे घरे मठियाई दा डब्बा भेज दिया ते चंडीगढ़ वाले इन्ने कोरे वी फोका ही थैंक यू नहीं हुण मैं तैनू डब्बा लेके देवा ना ना जी बंदा घट्टो घट पानी तो पुछ सकदा आर यू श्योर हाँ नो 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 आर यू श्योर कि तू मेरे नाल फ्लर्ट नहीं कर रहे लो कर लू गल ओए आही फर्क आ चंडीगढ़ वालों ते अमृतसर वालों दे विच ओ जिनू तुही फ्लर्ट आखण डे जे ना हाडे ओनू संस्कार कहंदे आ भला दी जे इही गल तैनू किसे कुड़ी ने कही हुंदी तू ओनू फ्लर्ट कहंदी पानी इत्थे पीना है कि अंदर अंदर चल के पीवांगे जी खड़े होके पानी पीण नू तां डाक्टर भी मना करदे आ आओ जी आओ आ चाबी कढ लिओ मेरे मोटरसाइकिल दी मैं भुल गया कढ लो वापस भी जाणा नहीं तां धक्के खांदे फिरोंगे देखिए कदे इह जी कहि जाओ दसो जी है जी Yes, ma'am. Hi, मेरे लिए coffee, latte, ते अन्ना लिए पानी ले आओ. Okay, ma'am. Hello. जी सर. पानी नू मैं शबील ते हैं. मेरे लिए भी एक coffee. ते सर ने कुछ खाना भी है. एक grilled sandwich दोने पासे हो चंगी तरह राड़ के. ते तेने पैकेट सॉस दे. होने बोलो के Okay, सर. तुसी आप दे आप दी काफी रिस्पेक्ट करते हो. नहीं करता तो बाकी अंदी भी हैं. पर अपने आप दी थोड़ी जी वध करता. हाँ बोले पाजी करम जी अनमोल दे पेज ते लाइक वधाए सी पैसे नहीं आए उहनां दे हाँ? किन्ने फोन कर ले चक्कर नहीं ओ यार जिवें आपां जसविंदर भल्ले दा पेज हैक कीता ही ना इहदा भी कर ला इह तां डबल दे के जाऊ बतंदर तुसी परेशान लगदे हो जी मेरा फोन खो गया जिस रिक्शा चाहिए से उहदे च रह गया तुसी जानदे हो रिक्शा वाले नूं मैं तैनूं रिक्शे वालिआं दा यार लगदा यार ओह गल नहीं आ तुसी लोकल हो इस करके पुछदी सी हाँ चलो तां पता कर लांगे पर तेरा कितना सवाब बने इधर नू आण दा तैनू दसना जरूरी है ठीक है फिर अपना मोबाइल आप ही लभ ली मुंडा देखण आई सी क्यों सिर्फ मुंडा कुड़ी देखण आ सकदा कुड़ी मुंडे नू देख नहीं जा सकदी फिर देख लिया दस्या तां सी करे लॉक लग्गिया सी ते उहनू फोन करके इत्थे सद लैणा सी ओह मुंडे दा नंबर फोन च सी जिहड़ा गवाच गया हुण पता नहीं किन्नी देर उड़ीकणा पैणा ना करन लई ਤੈਨੂੰ ਕਿਵੇਂ ਪਤਾ ਉਹ ਜਦੋਂ ਤੂੰ ਫੋਨ ਤੇ ਗੱਲ ਕਰਨ ਡਈ ਸੀ
ਮੈਂ ਸੁਣ ਲਿਆ ਸੀ। ਬਦਤਮੀਜ਼, ਖੜੇ ਹੋ ਕੇ ਦੂਜਿਆਂ ਦੀਆਂ ਗੱਲਾਂ ਸੁਣਦਾ? ਮੈਂ ਤਾਂ ਬਹਿ ਕੇ ਸੁਣਨਾ ਸੀ, ਉੱਥੇ ਕੁਰਸੀ ਹੋਇਆ ਨਹੀਂ ਸੀਗੀ, ਨਾਲੇ ਜਿੰਨਾ ਉੱਚੀ ਤੂੰ ਬੋਲਣ ਡਈ ਸੀ ਸਾਰਿਆਂ ਨੇ ਸੁਣ ਲਿਆ। ਲਿਆ ਵੀ ਲਿਆ ਹੈਸ਼ਟੈਗ ਕਾਪੀਚੀਨੋ, ਹੈਸ਼ਟੈਗ ਪੀ ਲਓ ਫਟਾਫਟ। ਵੈਸੇ ਤੁਸੀਂ ਮੁੰਡੇ ਨੂੰ ਨਾ ਕਿਉਂ ਕਰਨੀ ਸੀਗੀ, ਤੁਹਾਡਾ ਕਿਤੇ ਹੋਰ ਚੱਕਰ ਚੱਲਣ ਡਿਆ? ਸ਼ਟ ਅਪ। ਨਹੀਂ ਫਿਰ ਵੀ ਕਰਦਿਆਂ ਨੇ ਬਿਨਾਂ ਪੁੱਛੇ ਰਿਸ਼ਤਾ ਤੈਅ ਕਰਤਾ, ਉਹ ਵੀ ਬਾਂਦਰ ਚ ਫੋਟੋ ਦੇਖ ਕੇ ਹਾਂ ਕਰਤੀ। ਬਾਂਦਰ ਨਾ ਹੋਵੇ ਕਿਸੇ ਥਾਂ ਦਾ ਹੈ, ਹੈ ਨਾ? ਤੁਸੀਂ ਦੱਸੋ, ਮੈਨੂੰ ਨਹੀਂ ਪਤਾ ਕਿ ਮੁੰਡਾ ਕਰਦਾ ਕੀ ਹੈ, ਦਿਖਦਾ ਕਿਵੇਂ ਹੈ, ਸਾਡੀ ਨੇਚਰ ਮੈਚ ਕਰੂਗੀ, ਥਿੰਕਿੰਗ ਮੈਚ ਕਰੂਗੀ, ਕੁਛ ਵੀ ਨਹੀਂ, ਬਸ ਹਾਂ ਕਰਤੀ। ਬਿਲਕੁਲ ਸਹੀ ਕਿਹਾ, ਵਿਆਹ ਕਰਾਉਣ ਦੇ ਲਈ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਆ, ਸੋਚ ਵਿਚਾਰ ਮਿਲਨੇ ਚਾਹੀਦੇ ਆ। ਬਿਲਕੁਲ। ਤੁਸੀਂ ਇੱਕ ਗੱਲ ਨੋਟ ਕੀਤੀ, ਸਾਨੂੰ ਮਿਲਿਆ ਨੂੰ ਹਲੇ ਕੁਛ ਕੁ ਟਾਈਮ ਹੋਇਆ, ਸੋਚ ਵਿਚਾਰ ਮਿਲਣ ਲੱਗ ਗਏ। ਜ਼ਿਆਦਾ ਫਰੈਂਕ ਹੋਣ ਦੀ ਕੋਸ਼ਿਸ਼ ਨਾ ਕਰ, ਆਪਣੀ ਕਾਫੀ ਖਤਮ ਕਰ ਤੇ ਘਰੇ ਜਾ, ਮੁੰਡੇ ਤੇ ਆਹੀ ਪ੍ਰੋਬਲਮ ਹੁੰਦੀ ਹੈ, ਇੱਕ ਮਿੰਟ ਚੱਜ ਨਾਲ ਗੱਲ ਕਰ ਲਓ, ਬਸ ਲਾਈਨ ਮਾਰਨ ਲੱਗ ਪੈਂਦੇ। ਹੈਲੋ, ਚੰਡੀਗੜ੍ਹ ਦੇ ਮੁੰਡੇ ਹੋਣਗੇ ਆਹ ਕੁ ਕਰਦੇ, ਅੰਮ੍ਰਿਤਸਰੀਏ ਨਹੀਂ, ਨਾਲੇ ਜੇ ਉਹਨੂੰ ਨਾ ਹੀ ਕਰਨੀ ਸੀ ਫੋਨ ਤੇ ਕਰ ਦਿੰਦੀ, ਇੱਥੇ ਆਉਣ ਦੀ ਕੀ ਲੋੜ ਸੀ? ਬਹਿ ਕੇ ਸਮਝਾਉਣਾ ਪੈਣਾ ਸੀ ਉਹਨੂੰ ਕਿ ਰਿਸ਼ਤੇ ਲਈ ਨਾ ਕਰਦੇ। ਮੈਨੂੰ ਵੀ ਕੋਈ ਚਾਹ ਨਹੀਂ ਚੜਿਆ ਸੀ ਅੰਮ੍ਰਿਤਸਰੀਏ ਨੂੰ ਮਿਲਣ ਦਾ। ਅੰਮ੍ਰਿਤਸਰੀਏ ਤੋਂ ਕੀ ਮਤਲਬ? ਅੰਮ੍ਰਿਤਸਰ ਤੋਂ ਆ, ਅੰਮ੍ਰਿਤਸਰੀਆ ਨਹੀਂ, ਪਰ ਇੰਨਾ ਡੀਗ੍ਰੇਡ ਕਰਕੇ ਕਹਿਣ ਦੀ ਕੀ ਲੋੜ ਆ? ਤੁਹਾਡੇ ਚੰਡੀਗੜ੍ਹ ਦੇ ਮੁੰਡਿਆਂ ਤੋਂ 100 ਗੁਣੇ ਘੈਂਟ ਮੁੰਡੇ ਨੇ ਅੰਮ੍ਰਿਤਸਰ ਦੇ। ਉਹ ਜਾਓ ਜਾਓ, ਤੁਹਾਨੂੰ ਇੱਕ ਲੈਂਗੁਏਜ ਤਾਂ ਠੀਕ ਤਰ੍ਹਾਂ ਬੋਲਣੀ ਨਹੀਂ ਆਉਂਦੀ। ਨੌਂਡਿਆ ਪਿਆ, ਸੌਂਡਿਆ ਪਿਆ, ਕਰੰਡਾ ਪਿਆ, ਡੱਪਿਆ ਡੱਪਿਆ ਡੱਪਿਆ। ਉਹ ਸਾਡੀ ਘੱਟੋ ਘੱਟ ਬੋਲੀ ਸਮਝ ਤਾਂ ਆਉਂਦੀ ਆ, ਤੁਹਾਡੇ ਵਾਂਗੂ ਨਹੀਂ, ਅੰਗਰੇਜ਼ੀ ਪੰਜਾਬੀ ਹਿੰਦੀ ਸਾਰਾ ਕੁਛ ਵਿੱਚ ਦਬੜੂ ਘੁਸੜੂ। ਕਿਸੇ ਨੂੰ ਪੁੱਛੋ ਨਾ ਪੀ ਜੀ ਆਈ ਕਿੱਧਰਾ, ਕਹਿਣਗੇ ਉਹ ਰਾਊਂਡ ਬੋਰਡ ਸੇ ਖੱਬੇ ਮਾਰਨਾ ਸਿੱਧਾ ਪੀ ਜੀ ਆਈ। ਪਤਾ ਨਹੀਂ ਲੱਗਦਾ ਹੈਗਾ ਪੰਜਾਬ ਦੀ ਰਾਜਧਾਨੀ ਆ ਕਿ ਬਿਹਾਰ ਦੀ। ਉਹ ਜੀ ਸਾਡੀ ਬੋਲੀ ਤਾਂ ਇੰਨੀ ਮਿਠਾਸ ਆ ਜੀ, ਕਿਸੇ ਨੂੰ ਦੋ ਗਾਲਾਂ ਕੱਢੋ ਅੱਗਿਓਂ ਅਗਲਾ ਆਖਦਾ ਪਲੀਜ਼ ਦੋ ਖੋਰ ਕੱਢ ਕੇ ਜਾਇਓ। ਕਿਉਂ ਠੀਕ ਕਹਿੰਦੇ ਆ ਨਾ? ਚੰਗਾ ਮੈਂ ਚੱਲਦਾ ਜੀ। ਕਿੱਥੇ? ਤੁਸੀਂ ਆਪ ਵੀ ਤਾਂ ਕਿਹਾ ਸੀਗਾ ਵੀ ਕਾਫੀ ਪੀ ਤੇ ਚੱਲ ਕਰ ਨੂੰ। ਹਾਂ, ਮੈਂ ਆਪਣੀ ਕਾਫੀ ਦਾ ਬਿੱਲ ਪੇ ਕਰ ਰਹੀ ਹਾਂ, ਤੂੰ ਆਪਣਾ ਦੇਖ ਲੈ। ਮੈਂ ਪੈਸੇ ਨਹੀਂ ਲੈ ਆਇਆ, ਇੱਧਰ ਉੱਧਰ ਕੀ ਦੇਖਣ ਡੇ ਜੇ, ਜਿਹੜਾ ਕੰਮ ਕਰਨਾ ਆ ਕਰੋ। ਪੈਸੇ ਨਹੀਂ ਲੈ ਕੇ ਆਇਆ ਮਤਲਬ? ਠੀਕ ਹੈ ਫਿਰ ਪਾ ਦੇ ਆਪਣੇ ਇੰਸਟਾਗ੍ਰਾਮ ਤੇ ਹੈਸ਼ਟੈਗ ਛਿੱਤਰ ਪੈਂਡਿਆ, ਹੈਸ਼ਟੈਗ ਭਾਂਡੇ ਮਾਂਜਰਿਆ। ਯਾਰ ਮੇਰੀ ਗੱਲ ਸੁਣ, ਮੈਂ ਸੱਚੀ ਨਹੀਂ ਪੈਸੇ ਲੈ ਕੇ ਆਇਆ ਹੈਗਾ, ਮੈਂ ਤਾਂ ਕ੍ਰਿਕਟ ਖੇਡਦਾ ਖੇਡਦਾ ਆਇਆ ਨੂੰ ਆ ਗਿਆ, ਪੈਸੇ ਕੀ ਕਰਨੇ ਸੀਗੇ? ਮੈਂ ਕਿਹੜਾ ਸ਼ਰਤ ਲਾ ਕੇ ਖੇਡਦਾ? ਪਲੀਜ਼ ਦੇ ਦੇਣਾ ਤੂੰ, ਮੈਂ ਤੈਨੂੰ ਬਾਚੀ ਦੇ ਦੂੰਗਾ। ਮੈਂ ਤੇਰਾ ਬਿੱਲ ਕਿਉਂ ਪੇ ਕਰਾਂ? ਯਾਰ ਮੈਂ 15 ਲੱਖ ਦਾ ਮੋਟਰਸਾਈਕਲ ਲੈ ਕੇ ਘੁੰਮਦਾ, ਤੇਰਾ 200 ਰੁਪਇਆ ਮਾਰੂੰਗਾ। ਇਹਦੇ ਚੋਂ ਕੱਟ ਲਈ। ਸੋਰੀ ਮੈਮ, ਤੁਹਾਨੂੰ ਚੇਂਜ ਦੇਣਾ ਪੈਣਾ, ਸਾਡੇ ਕੋਲ ਚੇਂਜ ਹੈ ਨਹੀਂ। ਮੇਰੇ ਕੋਲ ਵੀ ਚੇਂਜ ਨਹੀਂ ਆ। ਫਿਰ ਹੁਣ ਮੈਮ? ਫਿਰ ਹੁਣ ਮਤਲਬ? ਫਿਰ ਹੁਣ ਕੀ? ਐਂ ਕਰ, ਸਾਨੂੰ ਦੱਸ ਵੀ ਭਾਂਡੇ ਮਾਂਜਣ ਵਾਲੀ ਜਗ੍ਹਾ ਕਿੱਥੇ ਆ? ਉਧਰ ਸਰ ਜੀ। ਸ਼ਰਮ ਨਹੀਂ ਆਉਂਦੀ ਤੈਨੂੰ ਭਾਂਡੇ ਮਾਂਜਣ ਵਾਲੀ ਜਗ੍ਹਾ ਦੱਸ ਰਿਹਾ? ਓਏ ਪੇਟੀਐਮ ਦੱਸ, ਦਿਖਾਓ ਬਿਲ ਕਹਿਣਾ ਜੀ। ਉਹੀ ਬੀਬੀ ਦੀਆਂ ਮਿਹਨਤਾਂ ਕਰਦੀ ਆ। ਆ ਚੱਕੋ ਜੀ, ਤੁਹਾਡੇ ਵਾਲਾ ਵੀ ਨਾਲ ਹੀ ਲਪੇਟਦਾ। ਥੈਂਕ ਯੂ। ਲਓ ਜੀ, ਗੱਲ ਤੇ ਹੋ ਗਈ ਜੇ, ਪਹਿਲਾਂ ਕਿਸੇ ਨੇ ਕਿਸੇ ਦੇ ਦੇਣੇ ਸੀ, ਹੁਣ ਕਿਸੇ ਨੇ ਕਿਸੇ ਦੇ ਦੇਣੇ ਨੇ। ਏਟੀਐਮ ਚੱਲ। ਚਲੋ ਅਸੀਂ ਸੱਚ ਪਿੱਛੇ ਖੂਨ ਦੀਆਂ ਨਦੀਆਂ ਤੱਕ ਵਾ ਦਿੱਤੀਆਂ, ਤੂੰ ਝੂਠਾ ਪਾਈ ਜਾਂਦਾ। ਮੇਰੀ ਬਾਤੋਂ ਸੁਣੀਏ ਨਾ, ਕੀ ਤੇਰੀ ਗੱਲ ਸੁਣਾ ਮੈਂ? ਖੜੇ ਖੜੇ ਝੂਠਾ ਪਾ ਕੇ ਰੱਖਤਾ ਤੂੰ, ਮੇਰੀ ਗੱਲ ਸੁਣ ਲੈ ਚੁੱਪ ਕਰਕੇ, ਨਾ ਮੈਂ ਝੂਠ ਸੁਣਦੀ ਹੂੰ ਤੇ ਨਾ ਮੈਂ ਬੋਲਦੀ ਹੂੰ, ਉਹਦੀ ਚੂੰ ਚਾਂ ਚੱਪੜ ਕੀਤੀ ਨਾ, ਆ ਵੇਖ ਲਾ ਸੋਦਾ ਲਾ ਦੂੰ ਤੇਰਾ ਮੈਂ। ਮੈਨੂੰ ਮਾਫ ਕਰ ਦੋ, ਮੈਨੂੰ ਸੀਟ ਦਾ ਪਤਾ ਨਹੀਂ, ਮੈਨੂੰ ਕੰਮਨ ਹੋ ਰਹਾ ਹੈ। ਆਇਆ ਨਾ ਨਾਈਨ ਤੇ ਹੁਣ? ਆਇਆ। ਬਾਂਦਰ ਜੀ ਦਫਾ ਹੋ ਜਾ, ਚੱਲ। ਸੀਟ ਦਾ ਨਹੀਂ ਪਤਾ ਕਿਉਂ ਕੰਮ ਰਹੀ ਹੈ। ਕਿਉਂ ਕੱਪ ਰਹੀ ਹੋ ਬਾਰ ਬਾਰ? ਮਲੇਰੀਆ ਹੋ ਗਿਆ ਹੈ? ਕੁਛ ਵੀ ਤੇ ਨਹੀਂ ਹੋ ਰਿਹਾ, ਕੈਸੇ ਕਮਰਾ ਹੈ ਬਾਰ ਬਾਰ? ਜਬ ਕੋਈ ਬੈਠ ਜਾਏ ਤਬ ਤੂੰ ਕਮਤੇ ਹੋ, ਅਬ ਕਮ ਨਾ। ਤੇਰੀ ਐਸੀ ਦੀ ਤੈਸੀ ਮੁਰਾਰੀ ਐਕਸਪ੍ਰੈਸ ਅਗਲੀ ਵਾਰ ਤੋੜ ਕੇ ਸੁੱਟ ਦੂੰਗਾ ਤੁਝੇ, ਸਮਝਾ? ਮੈਂ ਤਾਂ ਕਹਿੰਦਾ ਛੱਡ, ਕੀ ਰੱਖਿਆ ਪੈਸਿਆਂ 'ਚ? ਕਾਫੀ ਸਾਡੇ ਲਿਓ ਹੈ ਜੀ। ਨੋ ਥੈਂਕਸ, ਆ ਰਹੇ ਤੇਰੇ 144 ਰੁਪਏ, ਹਿਸਾਬ ਕਲੀਅਰ। 2 ਰੁਪਏ ਵੀ ਦਿੱਤੇ ਹੈ ਟੁੱਟੇ ਹੋਏ, ਮੈਨੂੰ ਲੱਗਦਾ ਜਿੰਨੀ ਹਿਸਾਬੀ ਕਿਤਾਬੀ ਹੈ ਨਾ ਤੂੰ ਅਕਾਊਂਟੈਂਟ ਹੋਏਗੀ। ਆਮ ਅ ਫੈਸ਼ਨ ਡਿਜ਼ਾਈਨਰ। ਹੋ ਤਾਂ ਹੀ 36-24-36 ਹੈ। ਉਹ ਮੇਰੇ ਕਲਾਇੰਟ ਦੇ ਸੂਟ ਦਾ ਮਾਪ ਸੀ। ਜੋ ਵੀ ਹੀ, ਵਧੀਆ ਹੀ। ਅੱਛਾ ਚੱਲ ਇਹ ਦੱਸ, ਸਾਡੇ ਅੰਮ੍ਰਿਤਸਰ ਦਾ ਫੈਸ਼ਨ ਤੈਨੂੰ ਕਿੱਦਾਂ ਲੱਗਿਆ?
आउटडेटेड। ਹੁਣ ਖੇਡਣ ਜਾਣ ਲੱਗੇ ਵੀ ਸਫਾਰੀ ਸੂਟ ਪਾ ਕੇ ਜਾਇਆ ਕਰੀਏ। ਹੈਲੋ ਗੱਲ ਸੁਣ, ਦੱਸਦੀ ਤੇ ਜਾ, ਸਾਡੇ ਫੈਸ਼ਨ 'ਚ ਕਮੀ ਕੀ ਆ? ਚੰਡੀਗੜ੍ਹ ਵਾਲੀ ਗੱਲ ਨਹੀਂ ਆ ਯਾਰ, ਜਦੋਂ ਮੈਂ ਕੱਪੜੇ ਲੈਣੇ ਅੰਬਰ ਹਰੋਂ ਤੇ ਚੰਡੀਗੜ੍ਹ ਵਾਲੀ ਗੱਲ ਕਿਵੇਂ ਹੋ ਸਕਦੀ ਆ? ਸਵੈਗ ਨਹੀਂ ਆ, ਤੁਹਾਡੇ ਸਟਾਈਲ ਨੂੰ ਦੇਖ ਕੇ ਲੱਗਦਾ ਜਿਵੇਂ ਤੁਸੀਂ ਬਸ ਬੋਡੀ ਢੱਕਣ ਲਈ ਕੱਪੜੇ ਪਾਏ ਹੋਏ ਨੇ। ਤੇ ਬੋਡੀ ਢੱਕਣ ਲਈ ਹੁੰਦੀ ਆ? ਤੁਹਾਡੇ ਵਾਂਗੂ ਥੋੜ੍ਹਾ ਵੀ ਪਾ ਕੇ ਛੋਟੀਆਂ ਛੋਟੀਆਂ ਨੀਕਰਾਂ ਸਾਰੀ ਮੰਡੀਰ ਪਿੱਛੇ ਲਾਈ ਹੁੰਦੀ ਆ। ਜਿਹੜੇ ਬਜ਼ੁਰਗਾਂ ਨੂੰ ਦੇਖਦਾ ਨਹੀਂ ਉਹ ਵੀ ਅੱਖਾਂ 'ਤੇ ਜ਼ੋਰ ਪਾ ਕੇ ਦੇਖਣ ਡੇ ਹੁੰਦੇ ਆ। ਕਿਉਂ ਇੱਥੇ ਅੰਮ੍ਰਿਤਸਰ ਦੀ ਕੁੜੀਆਂ ਸ਼ਾਰਟਸ ਨਹੀਂ ਪਾਉਂਦੀਆਂ? ਉਹ ਤਾਂ ਸਾਰੀਆਂ ਚੰਡੀਗੜ੍ਹ ਦੀਆਂ ਪੱਟੀਆਂ। ਚਲੋ ਮੰਨ ਤਾਂ ਗਏ ਕਿ ਸਾਡੇ ਫੈਸ਼ਨ 'ਤੇ ਦੁਨੀਆ ਮਰਦੀ ਹੈ। ਉਹ ਤੁਹਾਡਾ ਕਿਹੜਾ ਆਪਣਾ ਹੈ, ਸਭ ਬਾਹਰ ਦਾ ਹੈ। ਕਾਪੀ ਵੀ ਕੀਤਾ ਉਹ ਵੀ ਪਾਟਿਆ ਹੋਇਆ, ਪਾਟੀਆਂ ਹੋਈਆਂ ਪੈਂਟਾਂ, ਸਾੜੀ ਉਹ ਵੀ ਨੈੱਟ ਵਾਲੀ। ਉਹ ਤੁਹਾਨੂੰ ਦੇਖ ਕੇ ਇੱਦਾਂ ਲੱਗਦਾ ਜਿਵੇਂ ਹਲਕੇ ਹੋਏ ਕੁੱਤੇ ਨਾਲ ਲੜ ਕੇ ਆਏ ਹੋਵੋ। ਉਹ ਫੈਸ਼ਨ ਤਾਂ ਸਾਡਾ ਹੈ ਓਰੀਜਨਲ। ਜਦੋਂ ਅੰਮ੍ਰਿਤਸਰ ਦੀ ਕੁੜੀ ਪਾ ਕੇ ਫੁਲਕਾਰੀ ਸੂਟ ਨਿਕਲਦੀ ਆ ਨਾ, ਸਿਰ 'ਤੇ ਸੱਗੀ ਫੁੱਲ, ਗੁੱਤ 'ਚ ਪਰਾਂ ਦਾ, ਪੈਰ 'ਚ ਪੰਜੇਬ, ਜੁੱਤੀ ਚੂ ਚੂ ਕਰਦੀ ਜਾਂਦੀ ਆ, ਲੋਕੀ ਕਹਿੰਦੇ ਖੜ ਓਏ ਪੰਜਾਬਣ ਆਉਂਦੀ ਜੇ। ਤੁਹਾਨੂੰ ਇਹ ਸਮਝਾਉਣ ਦਾ ਮਤਲਬ ਪਤਾ ਕੀ ਹੈ? ਕਿ ਸਾਡਾ ਫੈਸ਼ਨ ਓਰੀਜਨਲ ਹੈ, ਆਊਟਡੇਟਡ ਨਹੀਂ, ਮਾਡਰਨ ਹੈ। ਚਿੱਬੜ ਜੀ ਕਿਉਂ ਕਰਾਤੀ ਨਾ ਚੁੱਪ? ਮਾਡਰਨ? ਹਾਂ, ਤੂੰ ਕਦੇ ਕਿਸੇ ਕੁੜੀ ਨੂੰ ਕਿਸ ਕੀਤਾ ਹੈ? ਕਿੱਦਾਂ ਦੀਆਂ ਗੱਲਾਂ ਕਰਨ ਡੇ ਹੋ ਜੀ? ਕਿਸ ਬਾਰੇ ਗੱਲ ਕਰ ਰਹੀ ਹਾਂ? ਤੁਸੀਂ ਮਾਡਰਨ ਹੋ ਨਾ, ਕੀਤੀ ਹੈ ਕਿ ਨਹੀਂ? ਕੀਤੀ ਤਾਂ ਨਹੀਂ, ਪਰ ਜੇ ਕੋਈ ਕਹੂ ਤਾਂ ਕਰ ਲੂੰ। ਸਹੀ ਕਹਿੰਦੇ ਨੇ ਲੋਕ, ਮੁੰਡੇ ਨਾ ਦੋ ਟਾਈਪ ਦੇ ਹੁੰਦੇ ਆ, ਇੱਕ ਟੱਕਣ ਤੇ ਦੂਜੇ ਵੱਡੇ ਟੱਕਣ। ਐਂਡ ਆਈ ਕਾਂਟ ਡਿਸਾਈਡ ਕਿ ਤੂੰ ਕਿਹੜੀ ਕੈਟਾਗਰੀ ਜਾ। ਕੀਤੀ ਹੈ ਕਿ ਨਹੀਂ? ਇੱਕ ਵਾਰੀ ਕੋਸ਼ਿਸ਼ ਕੀਤੀ ਸੀ, ਜਦੋਂ ਹੀ ਕੁੜੀ ਦੇ ਨੇੜੇ ਗਿਆ ਉਹ ਰੋ ਪਈ। ਰੋ ਪਈ? ਉਹ ਪਹਿਲੀ ਵਾਰੀ ਸੀ ਨਾ ਜੀ, ਹਿਸਾਬ ਜਿਹਾ ਨਹੀਂ ਆਇਆ ਵੀ ਕਿੰਨੇ ਕੁ ਨੇੜੇ ਜਾਣਾ। ਮੇਰੇ ਤੋਂ ਕੁੜੀ ਦਾ ਪੈਰ ਮਿਦਿਆ ਗਿਆ, ਸ਼ਰੀਫ ਬੰਧਨ ਆ ਜੀ, ਬੌਂਦਲ ਗਿਆ, ਮਿਦਿਆ ਗਿਆ। ਫਿਰ? ਫਿਰ ਕੀ, ਮੈਂ ਗਰਮ ਪਾਣੀ ਨਾਲ ਕੁੜੀ ਦੇ ਪੈਰ ਦੀ ਦੋ ਵਾਰੀ ਟਕੋਰ ਕੀਤੀ ਤੇ ਉਹਨੂੰ ਘਰੇ ਛੱਡਿਆ। ਘਰੇ ਛੱਡਿਆ? ਸੰਸਕਾਰ ਨੇ, ਘਰੇ ਤਾਂ ਛੱਡ ਕੇ ਆਉਣੀ ਸੀ। ਇਹ ਕਿਹੋ ਜਿਹਾ ਸੰਸਕਾਰ ਹੋਏ? ਪਹਿਲਾਂ ਕੁੜੀ ਰਵਾਤੀ, ਫਿਰ ਉਹਨੂੰ ਘਰ ਛੱਡਿਆ। ਤੂੰ ਕੁਛ ਵੀ ਠੀਕ ਕਰ ਸਕਦਾ? ਤੁਸੀਂ ਕੀਤਾ ਜੀ ਕਿਸ ਵਾਲਾ ਗੈਰ ਕਾਨੂੰਨੀ ਜਿਹਾ ਕੰਮ? ਤੈਨੂੰ ਕੀ ਦੱਸਾਂ, ਮੈਂ ਕਿਹੜਾ ਰੌਲਾ ਪਾ ਦੂੰ? ਹਾਂ, ਤੇਰਾ ਕੀ ਪਤਾ, ਪਾ ਦੇ ਰੌਲਾ ਤਾਂ। ਤੁਹਾਡਾ ਤਾਂ ਫਾਇਦਾ ਹੀ, ਜੇ ਮੁੰਡੇ ਨੂੰ ਨਾ ਕਰਨਾ ਹੈ ਉਹ ਆਪੇ ਹੋਜੂ। ਇਹੋ ਜਿਹੀ ਕੋਈ ਗੱਲ ਨਹੀਂ ਆ, ਸੰਸਕਾਰੀ ਹਿੰਦੁਸਤਾਨੀ ਕੁੜੀ ਆ ਮੈਂ। ਤੇ ਮੈਂ ਕਿਹੜਾ ਏਲੀਅਨ ਆ, ਮੇਰੇ ਤੋਂ ਸਾਰਾ ਕੁਝ ਪੁੱਛ ਲਿਆ ਤੇ ਆਪ ਕੁਝ ਦੱਸਣ ਡੇ ਨਹੀਂ? ਜੇ ਮੈਂ ਤੈਨੂੰ ਦੱਸ ਵੀ ਦੇਵਾਂ ਨਾ ਤਾਂ ਵੀ ਤੈਨੂੰ ਝੂਠ ਹੀ ਲੱਗਣਾ। ਤੁਸੀਂ ਮੁੰਡੇ ਚੰਡੀਗੜ੍ਹ ਦੀ ਕੁੜੀਆਂ ਬਾਰੇ ਗਲਤੀ ਸੋਚਦੇ ਹੋ। ਕੀਤੀ ਕਿ ਨਹੀਂ ਕੀਤੀ? ਹਾਂ ਕੀਤੀ, ਬਟ ਇਟਸ ਨੋਟ ਅ ਬਿਗ ਡੀਲ। ਆਈ ਮੀਨ ਦੋਸਤਾਂ ਦੋਸਤਾਂ 'ਚ ਜਿਵੇਂ ਫੋਰਹੈਡ ਤੇ ਜਾਂ ਹੱਥ ਤੇ। ਦੋਸਤ ਭਾਵੇਂ ਮੁੰਡਾ ਹੀ ਹੋਵੇ, ਦੋਸਤ ਦੋਸਤ ਹੁੰਦਾ, ਦਿਲ ਸਾਫ਼ ਹੋਣਾ ਚਾਹੀਦਾ। ਆਪਾਂ ਦੋਸਤ ਬਣ ਸਕਦੇ ਹਾਂ? ਮੈਂ ਆਪਣੇ ਕਾਲਜ ਦੇ ਦੋਸਤਾਂ ਦੀ ਗੱਲ ਕਰ ਰਹੀ ਸੀ। ਮੈਂ ਮੰਮੀ ਨੂੰ ਕਿੰਨੀ ਵਾਰੀ ਕਿਹਾ ਸੀ ਮੈਨੂੰ ਚੰਡੀਗੜ੍ਹ ਹੋਸਟਲ 'ਚ ਪਾ ਦੇ, ਮੰਨੀ ਨਹੀਂ। ਅੱਛਾ, ਹੁਣ ਕਿੱਥੇ ਗਏ ਤੇਰੇ ਸੰਸਕਾਰ? ਓ ਮੈਂ ਤਾਂ ਜੀ ਉੱਥੇ ਜਾ ਕੇ ਚੰਡੀਗੜ੍ਹ ਵਾਲਿਆਂ ਨੂੰ ਅੰਮ੍ਰਿਤਸਰ ਦੇ ਸੰਸਕਾਰ ਹੀ ਸਿਖਾਉਣੇ ਸੀ। ਰਹਿਣ ਦੇ, ਮੇਰਾ ਫੋਨ ਲਵਾ ਸਕਦਾ ਤਾਂ ਲਵਾ ਦੇ। ਹਾਂ ਚਲੋ। ਇਹ ਲਓ ਭਈਆ, ਇਹ ਬੇਟਾ ਚਾਹੇ ਹਮਕੋ ਵੀ ਪਿਲਾਨਾ ਲਾ ਰਹੇ ਔਰ ਪੈਸਾ ਵੈਸਾ ਕਰ ਲੈਣਾ। ਕਾ ਹੁਆ ਮੁਰਾਰੀ ਭਾਈ? ਕਾ ਬਤਾਏ, ਸੁਬਹ ਸੇ ਐਸਾ ਪਨੌਤੀ ਲਗਾ ਹੁਆ ਹੈ ਕਿ ਜੈਸੇ ਕੋਈ ਸਵਾਰੀ ਬੈਠਤਾ ਹੈ ਰਿਕਸ਼ੇ ਪਰ, ਬੋਲਤਾ ਹੈ ਰੁਕ ਰੁਕ ਰੁਕ, ਕੰਬਨ ਹੋ ਰਹਾ ਹੈ। ਜਬ ਮੈਂ ਪੁੱਛਤਾ ਹੂੰ ਕਹਾਂ ਕੰਬਨ ਹੋ ਰਹਾ ਹੈ, ਤੋ ਘੁਮਾ ਕੇ ਸੀਧੇ ਚਪੇੜ ਮਾਰ ਰਹਾ ਹੈ। ਸੁਬਹ ਸੇ ਇੱਕ ਰੁਪਿਆ ਨਹੀਂ ਕਮਾਇਆ ਹੈ ਔਰ ਪਾਂਚ ਚਪੇੜ ਖਾਇਆ ਹੈ ਸੁਬਹ ਸੇ। ਅਰੇ ਭਈਆ, ਹਮਨੇ ਤੁਮਕੋ ਪਹਿਲੇ ਹੀ ਕਹਾ ਥਾ ਕਿ ਰਿਕਸ਼ਾ ਕਾ ਟੋਪ ਮਾਡਲ ਲੋ, ਪਰ ਤੁਮ ਹਮਰਾ ਇੱਕ ਨਹੀਂ ਸੁਣਾ, ਅਬ ਪਰ ਗਿਆ ਨਾ ਰਿਕਸ਼ਾ ਮੇਂ ਫੋਲਟ। ਅਰੇ ਕੋਈ ਫਾਲਟ ਵਾਲਟ ਨਹੀਂ ਹੈ, ਮਕੈਨਿਕ ਲੋਗੋ ਕੋ ਪੂਰਾ ਚੈੱਕ ਕਰਵਾ ਚੁਕਾ ਹੂੰ। ਚੈੱਕ ਕਰਵਾਇਆ? ਤੋ ਫਿਰ ਯੇ ਰਿਕਸ਼ਾ ਕਾਂਪਤਾ ਕਿਉਂ ਹੈ? ਅਰੇ ਯਹੀ ਤੋ ਸਮਝ ਮੇਂ ਨਹੀਂ ਆ ਰਹਾ ਹੈ। ਸਮਝ? ਆਪਣੇ ਟੱਲੀ ਕੋ ਦਿਖਾਓ ਨਾ। ਤੋ ਟੱਲੀ ਰਿਕਸ਼ਾ ਰਿਪੇਅਰ ਕਰਨ ਲਗਾ ਕਾ? ਤੋ ਮਤ ਦਿਖਾਓ, ਤੁਮ ਚਪੇਰਾ ਹੀ ਖਾਓ, ਬਾਤ ਕਰਤਾ ਹੈ। ਸਮਝ ਨਹੀਂ ਆਉਂਦੇ ਹੀ, ਤੇਰਾ ਮੋਬਾਈਲ ਲੱਭੀ ਹੈ ਕਿੱਥੇ? ਸ਼ਹਿਰ 'ਚ 10,000 ਤੋਂ ਉੱਤੇ ਭਈਆ ਕੰਮ ਕਰਦਾ। ਕੀ ਕਰੀਏ ਫਿਰ? ਪੁਲਿਸ ਸਟੇਸ਼ਨ ਰਿਪੋਰਟ ਲਿਖਾ ਦਿੰਦੇ ਹਾਂ, ਸ਼ਾਇਦ ਉਹ ਲੱਭ ਦੇਣ। ਚਲੀਏ। ਨਹੀਂ ਜੇ ਪੁਲਿਸ ਸਟੇਸ਼ਨ ਰਿਪੋਰਟ ਲਿਖਾਣੀ ਤਾਂ ਮੈਂ ਆਪੇ ਲਿਖਾ ਲੂੰ, ਤੂੰ ਆਪਦਾ ਖੇਡ ਖੇਡ ਲਾ।
मैं तो खेडूंगा जी, पूरा महला जड़ दी बैटिंग देखने की वेट करता होना। अच्छा सुन, इतों चबूतरा किस पासे आ? चौंक चबूतरा, एक ना तो सही तरीके बोलिया नहीं जाता तेरे तो, हाडे अंबरसर वाले भी पागले ने, कुड़ी देखी नहीं चंडीगढ़ की, बूथा चाके हाँ कर देंगे ने। तू किन्ना बोलता, खाना की है? मेरा तो पता नहीं, पर तू दिमाग खानी आ ना जी। असी तेरे चंडीगढ़ के 17 सैक्टर बोलीए, 18 सैक्टर, 22 सैक्टर बोलीए, 21 सैक्टर, फिर थोड़े शहर के नाम अजीब ने, साढ़े शहर के नहीं, पता नहीं की लून मंडी, घ्यो मंडी, गुड़ बाजार, पापड़ा वाला बाजार। वाह, खाण पीन वाले ना तो तेन सारे याद ने, चौंक चबूतरा नहीं याद तेरे। अच्छा ठीक है, दस दे चौंक चबूतरा किस पास आ? उधर ही मरण दिया, बह जा हूँ, चक के बिठावा। इन्नी देर तो कमाई जाना टुटे जा, बाय बोल के चल गई। हाँ बोले, राजवीर आ गया? हाले नहीं आया, जो कोई बहुता जरूरी काम है तो मेनू दस जा, मैं सुनेहा दे दूंगी। नहीं, मैं ओदे नाल ही गल करनी सी। चंगा फिर, जे बहुती वेली है तो मारी जा गेड़े। अंबरसरे दे धक्के नहीं तू खानी आ, अंबरसरे दे धक्के नहीं तू खानी आ। चल ठीक आ, मैं आउन दिया 10 मिनट च। चंगा, तू इत्थे ही है? भोले का फोन आ गया ही, तू ना कर भी आई? घर से हले भी लॉक लग्या हुआ सी। कह जिहा मुंडा है, इन्नी सोहनी कुड़ी ना कहना ही आ, ये पता नहीं कितने मरिया। तू एक काम कर, उहदे घर दे बाहर लिख के लाया मेरे वालों ना है। किवें पता लगू कौन ना करके गया? उहनू किसी होर ने भी ना करनी आ। मेरा फोन सरदार जी नूं लिया, मैनूं कुटवा ने। भाग जा मुरारी, भाग जा। बंदा करता साए ने, चल तरदा हो। पिछियो, तू पिछियो, हूं पिछियो। किन्ने दा है?
2500 ਦਾ ਜੀ ਹੈ ਬਹੁਤ ਮਹਿੰਗਾ ਹੈ ਠੀਕ ਠੀਕ ਲਾ ਦੋ ਮੈਨੂੰ ਪਸੰਦ ਆ ਫਿਰ ਤੁਹਾਡੇ ਹਿਸਾਬ ਨਾਲ ਠੀਕ ਠੀਕ ਕਿੰਨਾ 500 ਲਾ ਲਓ ਚਲੋ ਤੁਸੀਂ ਇੱਦਾਂ ਕਰੋ ਆਪਣਾ ਨੰਬਰ ਦੇ ਦਿਓ ਮੈਂ ਨਾ ਵੋਟੀ ਨਾਲ ਸਲਾਹ ਕਰਕੇ ਤੁਹਾਨੂੰ ਫੋਨ ਕਰ ਦੂੰ ਵੀ ਪੱਲਿਓ ਪਾ ਕੇ ਦੇਣਾ ਕਿ ਨਹੀਂ ਯਾਰ ਮੈਂ ਤੈਨੂੰ ਲੱਭਦਾ ਲੱਭਦਾ ਅੱਧਾ ਹੋ ਗਿਆ ਤੂੰ ਇੱਥੇ ਹੀ ਕਰਨ ਡਈ ਹੈ ਕੀ ਮੈਂ ਤਾਂ ਸੂਟ ਲੈਣ ਆ ਗਈ ਸੀ ਤੂੰ ਉੱਥੇ ਬਾਰਾਂ ਚ ਨੱਚਣ ਚ ਬਿਜ਼ੀ ਸੀ ਕਿਸੇ ਦੀ ਕਿਸੇ ਦੀ ਕਿਉਂ ਆਪਣੇ ਅੰਮ੍ਰਿਤਸਰ ਦੀ ਬਰਾਤ ਸੀ ਦੋ ਚਾਰ ਬੰਦੇ ਮੈਨੂੰ ਜਾਣਦੇ ਸੀ ਮੈਂ ਤਾਂ ਉੱਥੇ ਵੀ ਨੱਚ ਲੈਣਾ ਜਿੱਥੇ ਘੂੜੀ ਜਾਣ ਪਛਾਣ ਦੀ ਹੋਵੇ ਅੱਛਾ ਲੈ ਲਿਆ ਸੂਟ ਨਾ 2500 ਮੰਗ ਲਏ ਸੀ ਇਹੋ ਜਿਹੇ ਸੂਟ ਨਾ 500 ਮਿਲਦੇ ਨੇ ਯਾਰ ਚੰਡੀਗੜ੍ਹ ਦੀ ਕੁੜੀ ਹੋ ਗਿਆ ਥੋੜੇ ਬਹੁਤੇ ਪੈਸਿਆਂ ਲਈ ਲੜਦੀ ਤੂੰ ਚੰਗੀ ਲੱਗਦੀ ਹੈ ਕੋਈ ਗੱਲ ਨਹੀਂ ਤੂੰ ਮੈਨੂੰ ਬਠਿੰਡੇ ਦੀ ਸਮਝ ਲਾ ਮੈਂ ਤਾਂ ਆਪਦੇ ਪੈਸੇ ਬਚਾਉ ਮੈਂ ਕਿਵੇਂ ਭੁੱਲ ਗਿਆ ਉਹ ਕਾਫੀ ਵਾਲੀ ਗੱਲ ਵੀ ਤੈਨੂੰ ਪੈਸਿਆਂ ਨਾਲ ਕਿੰਨਾ ਪਿਆਰ ਹੈ ਪੈਸਿਆਂ ਨਾਲ ਪਿਆਰ ਦੀ ਗੱਲ ਹੈ ਹੀ ਨਹੀਂ ਮੇਰੀ ਮੇਨਾਂ ਤੇ ਪੈਸੇ ਆ ਤੂੰ 500 ਰੁਪਏ ਵਾਲੀ ਚੀਜ਼ 600 ਰੁਪਏ ਚ ਲੈ ਲੇਗਾ ਮੈਂ ਤਾਂ ਕਈ ਵਾਰੀ ਸਿਲੰਡਰ ਬਲੈਕ ਚ ਲਿਆ ਮੈਨੇ ਬਹੁਤ ਸੀਰੀਅਸ ਗੱਲ ਕਰ ਰਹੀ ਹਾਂ ਮਨੀ ਮੈਡੀ ਦੀ ਗੱਲ ਨਹੀਂ ਆ ਸਾਰਿਆਂ ਨੂੰ ਪੈਸੇ ਚਾਹੀਦੇ ਹੁੰਦੇ ਸਾਰੇ ਸੇਵ ਕਰਦੇ ਆ ਤੂੰ ਆਪਣੀ ਵਾਈਫ ਨਾਲ ਆਂਦਾ ਉਹਨੂੰ ਲੈ ਦਿੰਦਾ ਉਹ 2500 ਰੁਪਏ ਵਾਲਾ ਸੂਟ ਹਾਂ ਜੇ ਮੇਰੀ ਵਾਈਫ ਬੰਬ ਹੁੰਦੀ ਤਾਂ ਮੈਂ 2500 ਵਾਲਾ 3500 ਚ ਵੀ ਲੈ ਲੈਂਦਾ ਕਦੇ ਵੀ ਨਾ ਲੈ ਕੇ ਦਿੰਦਾ ਤੂੰ ਭਾਵੇਂ ਉਹਨੂੰ ਇੱਕ ਵਾਰੀ ਕਹਿ ਦਿੰਦਾ ਕਿ ਤੂੰ ਪੈਸੇ ਦੇ ਦੇ ਆਪਾਂ ਬਾਅਦ ਚ ਕਰ ਲਾਂਗੇ ਜਿਵੇਂ ਤੂੰ ਕਾਫੀ ਸ਼ਾਪ ਚ ਕੀਤਾ ਸੀ ਯਾਰ ਮੈਂ 24 ਘੰਟੇ ਉਦਾਂ ਥੋੜਾ ਰਹਿਣਾ ਵਾਂ ਉਹ ਤਾਂ ਬਾਏ ਚਾਂਸ ਮੈਂ ਕ੍ਰਿਕਟ ਖੇਡਣ ਆਇਆ ਸੀ ਮੈਨੂੰ ਲੱਗਿਆ ਵੀ ਖੇਡਦੇ ਖੇਡਦੇ ਡਿੱਗਣਾ ਪੈਣਾ ਤਾਂ ਪੈਸੇ ਨਹੀਂ ਲੈ ਕੇ ਆਇਆ ਦੇਖਿਆ ਤੂੰ ਇਹਨੂੰ ਪੈਸੇ ਦੀ ਵੈਲਿਊ ਸਮਝਣਾ ਕਹਿੰਦੇ ਨੇ ਇਹਨੂੰ ਪੈਸੇ ਨਾਲ ਪਿਆਰ ਨਹੀਂ ਕਹਿੰਦੇ ਤੂੰ ਤਾਂ ਆਪਦੇ ਪਤੀ ਦੇ ਬਹੁਤ ਪੈਸੇ ਬਚਾਏਂਗੀ ਕਿਉਂ ਉਹ ਆਪਦੇ ਪੈਸੇ ਬਚਾਊਗਾ ਮੈਂ ਆਪਦੇ ਬਚਾਵਾਂਗੀ ਕਮਾਲ ਦੀ ਗੱਲ ਆ ਯਾਰ ਕਹੇ ਜੀ ਕੁੜੀਆਂ ਤੂੰ ਆਪਦੇ ਪਤੀ ਨਾਲ ਵੀ ਕੋਈ ਪਿਆਰ ਨਹੀਂ ਇਹਦੇ ਨਾਲ ਪਿਆਰ ਦਾ ਕੀ ਲੈਣਾ ਦੇਣਾ ਪਿਆਰ ਨਾਲ ਢਿੱਡ ਭਰਦਾ ਵੈਸੇ ਮੈਨੂੰ ਭੁੱਖ ਲੱਗੀ ਹੈ ਖਾਣ ਨੂੰ ਕੁਝ ਮਿਲੇਗਾ ਭਟੂਰੇ ਖਾਵਾਂ ਛੀ ਇੰਨੇ ਓਇਲੀ ਮੈਂ ਨਹੀਂ ਖਾਣੇ ਉਹ ਮੇਰੀ ਬੇਬੇ ਕਹਿੰਦੀ ਆ ਬੰਦਾ ਸਿਹਤ ਨਾਲੇ ਚੰਗਾ ਲੱਗਦਾ ਵਾ ਖਾਇਆ ਪੀਆ ਕਰ ਐਵੇਂ ਸੁੱਕੀ ਜੀ ਲੱਗਦੀ ਆ ਪਤਲੇ ਹੋਣਾ ਬਿਮਾਰੀ ਨਹੀਂ ਹੁੰਦੀ ਫਿਟਨੈਸ ਇਜ਼ ਇਨ ਫੈਸ਼ਨ ਅੱਛਾ ਫਿਰ ਤਾਂ ਕੋਈ ਗਰੀਬ ਬੰਦੇ ਨੂੰ ਜਾ ਕੇ ਦੱਸੇ ਜਿਹੜੇ ਵਿਚਾਰੇ ਸਾਰੀ ਦਿਹਾੜੀ ਕਰੀ ਜਾਂਦੇ ਨੇ ਵੀ ਸੋਗੇ ਵੀ ਬਰਾਊ ਇਟਸ ਫੈਸ਼ਨ ਯਾਰ ਤੂੰ ਕਿੰਨਾ ਬੋਲਦਾ ਥੱਕਦਾ ਨਹੀਂ ਮੇਰੇ ਨੰਬਰ ਸਰ ਅੱਛਾ ਉਸ ਹਸਪਤਾਲ ਦਾ ਨਾਮ ਵੀ ਦੱਸ ਦੇ ਜਿੱਥੇ ਪੈਦਾ ਹੋਇਆ ਸੀ ਐਟ ਹੋਮ ਬਾਏ ਦਾਈ ਅੱਛਾ ਕੁਝ ਖਾਣ ਨੂੰ ਲੈ ਕੇ ਆਵਾਂ ਪਲੀਜ਼ ਐਕਸਕਿਊਜ਼ ਮੀ ਜੀ ਤੁਹਾਡਾ ਫੋਨ ਯੂਜ਼ ਕਰ ਸਕਦੇ ਆ ਹਾਂਜੀ ਥੈਂਕ ਯੂ ਹੈਲੋ ਹਾਂ ਸਿਮੀ ਰੀਤ ਬੋਲ ਰਹੀ ਹਾਂ ਇਹ ਕਿਸ ਦਾ ਨੰਬਰ ਹੈ ਨੰਬਰ ਮਿਲਿਆ ਆ ਪਹਿਲੇ ਗੱਲ ਕਰ ਤੂੰ ਹਾਂ ਰੀਤ ਤੂੰ ਕਿਨੋ ਪੁੱਛ ਕੇ ਗਈ ਅੰਬਰ ਸਰ ਮੰਮੀ ਜੇ ਨਹੀਂ ਵਿਆਹ ਕਰਾਣਾ ਸੀ ਤਾਂ ਕਹਿ ਦਿੰਦੀ ਉੱਥੇ ਜਾ ਕੇ ਡਰਾਮਾ ਕਰਨ ਦੀ ਕੀ ਲੋੜ ਸੀ ਹਰ ਥਾਂ ਤੇ ਸਾਡੀ ਬੇਇੱਜ਼ਤੀ ਕਰਾਣੀ ਜ਼ਰੂਰੀ ਤੈਨੂੰ ਅੱਛਾ ਮੈਂ ਮਨਾ ਕਰ ਦਿੰਦੀ ਤਾਂ ਤੁਸੀਂ ਮੰਨ ਜਾਣਾ ਸੀ ਮੇਰੇ ਤੋਂ ਪੁੱਛੇ ਬਿਨਾਂ ਸਾਰੀ ਤਿਆਰੀਆਂ ਕਰਦੇ ਫਿਰਦੇ ਸੀ ਤੇਰਾ ਬੁਰਾ ਭਲਾ ਤੇਥੋਂ ਜ਼ਿਆਦਾ ਜਾਣਦੇ ਆ ਮਾਰ ਮੰਮੀ ਪਲੀਜ਼ ਦੱਸ ਮੈਨੂੰ ਅੰਬਰ ਸਰੀਆ ਦਾ ਨੰਬਰ ਦੇ ਦਿਓ ਤੂੰ ਇਸੇ ਵੇਲੇ ਚੰਡੀਗੜ੍ਹ ਵਾਪਸ ਆ ਸਮਝੀ ਯਾਰ ਮੈਂ ਨਹੀਂ ਕਰਾਉਣਾ ਵਿਆਹ ਉਹਦੇ ਨਾਲ ਤੇਰਾ ਦਿਮਾਗ ਖਰਾਬ ਹੈ ਮੈਂ ਤੈਨੂੰ ਮਨਾ ਕੀਤਾ ਸੀ ਨਾ ਮੰਮੀ ਨੂੰ ਸਭ ਕੁਝ ਦੱਸਣ ਲਈ ਉਹ ਯਾਰ ਮੈਂ ਕੀ ਕਰਦੀ ਆਂਟੀ ਆ ਗਈ ਸੀ ਚਲ ਤੇ ਨੰਬਰ ਲਈ ਹਾਂ ਬੋਲ 9372624291 ਥੈਂਕ ਯੂ ਆ ਲੈ ਅੰਮ੍ਰਿਤਸਰੀ ਕੋਲ ਤੇ ਖਾ ਨੋ ਥੈਂਕ ਯੂ ਯਾਰ ਮੈਂ ਤੇਰੇ ਲਈ ਲੈਂਚ ਲਾ ਕੇ ਸਪੈਸ਼ਲ ਲੈ ਕੇ ਆਇਆ ਘੱਟੋ ਘੱਟ 4-5 ਤਾਂ ਖਾਈ ਨਾ ਯਾਰ ਪਲੀਜ਼ ਚੁੱਪ ਹੋ ਜਾ ਮੈਨੂੰ ਥੋੜੀ ਦੇਰ ਲਈ ਸ਼ਾਂਤੀ ਚਾਹੀਦੀ ਹੈ ਹਾਂ ਮੈਂ ਸ਼ਾਂਤੀ ਤੋਂ ਹੀ ਲੈ ਕੇ ਆਇਆ ਸ਼ਟ ਅਪ ਆ ਲਓ ਤੁਸੀਂ ਗੱਲ ਵੀਰੇ ਜੀ ਲਓ ਲਓ ਵੇਖਣ ਦੇ ਸੀ ਛਕੋ ਨੀਂਦ ਪਾਈ ਸੀ ਹੁਣ ਇਹਨੂੰ ਵੀ ਚੁੱਪ ਕਰਾ ਦਾਂ ਇਹਨੂੰ ਬੋਲਣ ਦੇ ਤੂੰ ਚੁੱਪ ਕਰ ਜਾ ਪਲੀਜ਼ ਸ਼ਾਂਤੀ ਨਾਲ ਸੋਚਣ ਦੇ ਜੇ ਉੱਡ ਗਿਆ ਫਿਰ ਮੈਂ ਵੀ ਨਹੀਂ ਬੋਲਣਾ ਇੱਕ ਤਾਂ ਤੁਸੀਂ ਚੰਡੀਗੜ੍ਹ ਵਾਲੇ ਸੋਚਣ ਲਈ ਵੀ ਕਿੰਨੀ ਦੂਰ ਆ ਜਾਂਦੇ ਹੋ ਅਸੀਂ ਤਾਂ ਕਮੋੜ ਤੇ ਬਹਿ ਕੇ ਸੋਚ ਲਈਦਾ ਭਾਵੇਂ ਜਿੰਨੀਆਂ ਮਰਜ਼ੀ ਆਵਾਜ਼ਾਂ ਆਈ ਜਾਣ ਉਹ ਯਾਰ 5 ਮਿੰਟ ਚੁੱਪ ਕਰ ਜਾ ਮੈਨੂੰ ਪਹਿਲਾਂ ਹੀ ਕੁਝ ਸਮਝ ਨਹੀਂ ਆ ਰਿਹਾ ਮੰਮੀ ਨੂੰ ਸਭ ਕੁਝ ਪਤਾ ਲੱਗ ਗਿਆ ਯਾਰ ਤੇਰੀ ਮੰਮੀ ਕਿਹੜਾ ਮੱਲੇ 'ਚ ਗੱਲ ਫਲਾ ਦੂਗੀ ਪਰ ਵੈਸੇ ਤੈਨੂੰ ਤੇਰੀ ਮੰਮੀ ਬਾਰੇ ਜ਼ਿਆਦਾ ਪਤਾ ਹੋਊਗਾ ਤੂੰ ਕਦੇ ਅਪਸੈਟ ਨਹੀਂ ਹੁੰਦਾ ਦੇਖ ਝੂਠ ਨਹੀਂ ਬੋਲਦਾ ਸ਼ਾਮੀ 8 ਵਜੇ ਤੋਂ ਬਾਅਦ ਸੈੱਟ ਤਾਂ ਕਈ ਵਾਰੀ ਹੋਇਆ ਪਰ ਅਪਸੈਟ ਕਦੇ ਨਹੀਂ ਵੈਸੇ ਮੈਂ ਦੇਖਿਆ ਤੈਨੂੰ ਅਪਸੈਟ ਹੁੰਦਿਆਂ ਨੂੰ ਭੁਲੇਖਾ ਪਿਆ ਹੋਣਾ ਤੈਨੂੰ ਅੱਜ ਤਾਂ ਆਪਾਂ ਮਿਲੇ ਆ ਤੂੰ ਕਿੱਥੇ ਦੇਖ ਲਿਆ ਜਦੋਂ ਅਸੀਂ ਮਾਰਕੀਟ 'ਚ ਵੱਖ ਹੋਏ ਸੀ ਮੈਨੂੰ ਲੱਭਦੇ ਹੋ ਤੂੰ ਅਪਸੈਟ ਨਹੀਂ ਹੋਇਆ ਸੀ ਮੈਂ ਕਿਉਂ ਹੋਊਂਗਾ ਆਰ ਯੂ ਸ਼ੋਰ ਤੂੰ ਜ਼ਿਆਦਾ ਅਪਸੈਟ ਆ ਤੈਨੂੰ ਤਾਂ ਲੱਗਦਾ ਤੂੰ ਕਿੰਨੀਆਂ ਚੀਜ਼ਾਂ ਮੈਨੇਜ ਕਰ ਲੈਂਦਾ ਨਾ ਸੋਚਦਾ ਕੁਛ ਹੈ ਬੋਲਦਾ ਕੁਛ ਹੈ ਦਿਖਾਉਂਦਾ ਕੁਛ ਹੈ ਯਾਰ ਮੈਂ ਕੰਮ ਇੱਕ ਨਹੀਂ ਕਰਦਾ ਤੂੰ 3 ਗਣਾ ਤੇ ਇੰਨਾ ਸਮਾਰਟ ਨਹੀਂ ਮੈਂ ਜਨਾ ਲੱਗਦਾ ਓਵਰ ਸਮਾਰਟ ਹੈ ਤੂੰ ਐਕਚੁਅਲੀ ਗਲਤੀ ਤੇਰੀ ਨਹੀਂ ਆ ਸਾਰੇ ਅੰਬਰਸਰ ਵਾਲਿਆਂ ਦੀ ਪ੍ਰੋਬਲਮ ਹੈ ਫੀਲਿੰਗਸ ਦਿਖਾਉਂਦੇ ਹੀ ਨਹੀਂ
ਉਹਨ ਅਪਸੈਟ ਫੀਲ ਕੀਤਾ ਤਾਂ ਕੀਤਾ ਇੰਨੀ ਵੱਡੀ ਗੱਲ ਕੀ ਹੈ ਦੱਸ ਤੇ ਹਾਸੀ ਅਪਸੈਟ ਇਹਦੇ ਚ ਫੀਲਿੰਗ ਵਾਲੀ ਕੀ ਗੱਲ ਆ ਜੇ ਤੂੰ ਖੋ ਜਾਂਦੀ ਫਿਰ ਅੰਮ੍ਰਿਤਸਰ ਦੀ ਇਨਸਲਟ ਸੀ ਪੁਲਿਸ ਤਾਂ ਕੇ ਮੈਨੂੰ ਪੁੱਛਦੀ ਨਾ ਵੀ ਕੁੜੀ ਸੀਸੀਟੀਵੀ ਕੈਮਰੇ ਦੇ ਉੱਤੇ ਤੇਰੇ ਨਾਲ ਦੇਖੀ ਸੀ ਕਾਫੀ ਪੀਂਦੀ ਕਿੱਥੇ ਗਈ ਠੀਕ ਹੈ ਤੂੰ ਨਾ ਮੰਨ ਪਰ ਤੇਰੇ ਦਿਲ 'ਚ ਕੁਛ ਹੈ ਮੋਰੀ ਅਮਰੇ ਦਿਲ 'ਚ ਭਰਾ ਦੇਂਗੀ ਗੱਲਾਂ ਮਾਰਦੀ ਆ ਉਹੀ ਗੱਲ ਨੂੰ ਉਲਝਾਈ ਜਾਂਦੀ ਆ ਮੈਨੂੰ ਤੇਰੇ ਵਰਗੀਆਂ ਕੁੜੀਆਂ ਭੋਰਾ ਵੀ ਪਸੰਦ ਨਹੀਂ ਚਿੱਬੜ ਜੀ ਮਤਲਬ ਮਤਲਬ ਨਹੀਂ ਪਸੰਦ ਓ ਰੁਕ 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 ਹੱਥ ਦੇ ਮੈਂ ਕਿਉਂ ਦੇਵਾਂ ਹੱਥ ਮੈਂ ਤੇਰਾ ਵਿਆਹ ਕਰਾਉਣਾ ਓਹੋ ਥੱਲੇ ਉਤਰਨ ਲਈ ਓਦਾਂ ਮਰ ਮੇਰੇ ਵਰਗੀਆਂ ਕੁੜੀਆਂ ਕਿਉਂ ਨਹੀਂ ਪਸੰਦ ਤੈਨੂੰ ਨਹੀਂ ਪਸੰਦ ਮੈਂ ਥੋੜਾ ਹਾਈ ਲੈਵਲ ਦਾ ਬੰਦਾ ਓਹੋ ਤਾਂ ਹੀ ਕੁੜੀ ਨੇੜੇ ਆਣ ਤੇ ਰੋ ਪਈ ਸੀ ਪਹਿਲੀ ਵਾਰੀ ਸੀ ਕੁੜੀ ਤਾਂ ਰੋ ਪਈ ਤੇ ਦੂਜੀ ਵਾਰੀ ਮੈਂ ਹੀ ਕੰਮ ਤੇ ਲੱਗਿਆ ਰਹਿਣਾ ਸੰਸਕਾਰੀ ਮੁੰਡਾ ਮੈਂ ਮਤਲਬ ਦੂਜੀ ਵਾਰੀ ਵੀ ਰੋ ਪਈ ਸੀ ਦੂਜੀ ਵਾਰੀ ਕੁੜੀ ਹੋਰ ਸੀ ਹਾਂ ਹਾਂ ਤੱਕ ਗੱਲ ਨਹੀਂ ਪਹੁੰਚੀ ਹਾਂ ਕਿੰਨੀਆਂ ਗਰਲਫ੍ਰੈਂਡ ਸੀ ਤੇਰੀਆਂ ਅਫੀਸ਼ੀਅਲੀ ਇੱਕ ਐਕਸਟਰਾ ਸਮਾਲ ਇੱਕ ਤਾਂ ਤੂੰ ਪਹਿਲੇ ਵੀ ਦੱਸੀ ਸੀ ਜਿਹੜੀ ਰੋ ਪਈ ਸੀ ਉਹਨੂੰ ਤਾਂ ਤੂੰ ਗਣੀ ਨਾ ਉਹ ਤਾਂ ਰੋ ਪਈ ਸੀ ਚੱਲ ਦੂਜੀ ਦਾ ਨਾਂ ਦੱਸ ਦੇ ਨਾਚ ਕੇ ਰੱਖਿਆ ਗੋਲਗੱਪੇ ਛਕੋ ਗੋਲਗੱਪੇ ਮੈਂ ਮੂੰਹ ਤੋਂ ਖਾਣੇ ਨਾਮ ਮੈਂ ਕੰਨਾਂ ਤੋਂ ਸੁਣਨਾ ਦੱਸ ਦੇ ਮੈਂ ਤਾਂ ਨਾ ਮੂੰਹ 'ਚ ਦੱਸਣਾ ਨਾ ਮੈਨੂੰ ਤਾਂ ਖਾਣ ਦੇ ਵਾਹੇ ਨਾਂ 'ਚ ਰੱਖਿਆ ਕੀ ਆ ਉਹਦਾ ਨਾਂ ਤੋਂ ਯਾਦ ਆਇਆ ਤੇਰਾ ਨਾਂ ਕੀ ਆ ਗੱਲ ਨਾ ਬਦਲ ਤੁਹਾਡੇ ਅੰਬਰਸਰ ਵਾਲੇ ਦੀ ਆਹੀ ਪ੍ਰੋਬਲਮ ਹੈ ਕੋਈ ਵੀ ਸਵਾਲ ਕਰੋ ਟੇਢਾ ਜਵਾਬ ਨਾ ਦੱਸ ਸੋਚੀ ਆ ਕੀ ਹੈ ਨਾ ਹੈ ਕੁੜੀ ਦਾ ਹੱਸਣ ਵਾਲੀ ਕੀ ਗੱਲ ਆ ਚੱਲ ਚਿੱਬੜ ਜੀ ਕਿੱਥੇ ਮਿਲਿਆ ਸੀ ਉਹਨੂੰ ਅੰਮ੍ਰਿਤਸਰ ਅੰਮ੍ਰਿਤਸਰ ਚ ਚਾਈਨੀਜ਼ ਕੁੜੀ ਹਾਂ ਉਹ ਪੰਜਾਬੀ ਫੋਕ ਤੇ ਰਿਸਰਚ ਕਰਨ ਆਈ ਸੀ ਫਿਰ ਕਰਾਤੀ ਸੋਹਣੀ ਸੀ ਅੱਗ ਸੀ ਅੱਗ ਛੋਟੀਆਂ ਛੋਟੀਆਂ ਅੱਖਾਂ ਪਿਆਰੀ ਜੀ ਸਮਾਈਲ ਲੰਮੇ ਲੰਮੇ ਵਾਲ ਹਿਰਨੀ ਵਰਗੀ ਚਾਲ ਤੈਨੂੰ ਉਹਦੀ ਲੈਂਗੁਏਜ ਕਿੱਦਾਂ ਸਮਝ ਆਉਂਦੀ ਸੀ ਯਾਰ ਪਿਆਰ ਦੀ ਕੋਈ ਭਾਸ਼ਾ ਥੋੜ੍ਹੀ ਹੁੰਦੀ ਆ ਮੰਨਿਆ ਉਹਦੀਆਂ ਅੱਖਾਂ ਘੱਟ ਖੁੱਲਦੀਆਂ ਸੀ ਪਰ ਫਿਰ ਵੀ ਅਸੀਂ ਅੱਖਾਂ ਅੱਖਾਂ ਨਾਲ ਵਾਹ ਵਾਹ ਹੀ ਗੱਲਾਂ ਕਰ ਗਏ ਹਾਊ ਸਵੀਟ ਅੱਛਾ ਤੁਹਾਡੇ ਦੋਵਾਂ 'ਚੋਂ ਪਹਿਲਾਂ ਪਿਆਰ ਕਿਹਨੂੰ ਹੋਇਆ ਹਾਂ ਪਹਿਲਾਂ ਤਾਂ ਮੈਨੂੰ ਹੀ ਹੋਇਆ ਸੀ ਘੰਟੇ ਕੁ ਬਾਅਦ ਉਹਨੂੰ ਹੋ ਗਿਆ ਤੇਰੇ ਤੋਂ ਕੋਈ ਇੰਪ੍ਰੈਸ ਕਿਵੇਂ ਹੋ ਗਿਆ ਵੈਸੇ ਤਾਂ ਕੁੜੀਆਂ ਕਮਲੀਆਂ ਹੀ ਹੁੰਦੀਆਂ ਪਰ ਇਹ ਸਿਆਣੀ ਸੀ ਇਹਨੂੰ ਮੇਰੇ ਗੀਤ ਪਸੰਦ ਸੀ ਤੂੰ ਗਾਉਂਦਾ ਮੈਂ ਤਾਂ ਲਿਖਦਾ ਵੀ ਹਾਂ ਨਾਟ ਬੈਡ ਚੱਲ ਮੈਨੂੰ ਵੀ ਕੁਛ ਨਾ ਜਿਹੜਾ ਤੂੰ ਉਹਦੇ ਲਈ ਲਿਖਿਆ ਬਸ ਪੂਰਾ ਗਾਣਾ ਕਿਉਂ ਨਹੀਂ ਗਾਇਆ ਅੰਦਰਲੀਆਂ ਫੀਲਿੰਗਸ ਨਹੀਂ ਜਾਗਣ ਡੀਆਂ ਜਦੋਂ ਜਾਗ ਗਈਆਂ ਗਾਣਾ ਪੂਰਾ ਬਾਹਰ ਆ ਜੂ ਵੈਸੇ ਤੂੰ ਗਾਉਂਦਾ ਬਹੁਤ ਸੋਹਣਾ ਹੈ ਅੱਜ ਕੱਲ੍ਹ ਇਹੋ ਜਿਹੇ ਮੁੰਡੇ ਮਿਲਦੇ ਕਿੱਥੇ ਜਿਹੜੇ ਕੁੜੀਆਂ ਲਈ ਗੀਤ ਲਿਖਦੇ ਨੇ ਨਹੀਂ ਲਿਖਦੇ ਤਾਂ ਬਥੇਰੇ ਨੇ ਪਰ ਕੋਈ ਸੁਣਦੀ ਨਹੀਂ ਕਿਉਂ ਕੁੜੀਆਂ ਨੂੰ ਮੁੰਡਿਆਂ ਦੀ ਫੀਲਿੰਗਸ ਨਾਲੋਂ ਜ਼ਿਆਦਾ ਨਾ ਪੈਸਾ ਚਾਹੀਦਾ ਇਹਦੇ 'ਚ ਗਲਤ ਕੀ ਆ ਹਰ ਕੁੜੀ ਨੂੰ ਸਿਕਿਉਰਿਟੀ ਚਾਹੀਦੀ ਆ ਮੁੰਡੇ ਸਰਕਾਰੀ ਸਬਸਿਡੀ 'ਤੇ ਚੱਲਦੇ ਆ ਉਹ ਗੱਲ ਨਹੀਂ ਆ ਪਰ ਅੱਜ ਕੱਲ੍ਹ ਹਰ ਕੋਈ ਪੁੱਛਦਾ ਸੁੰਗਚੀ ਨੇ ਵੀ ਪੁੱਛਿਆ ਹੋਣਾ ਕਿ ਫਿਊਚਰ ਪਲੈਨਿੰਗ ਕੀ ਆ ਹਾਂ ਤੇ ਮੈਂ ਉਹਨੂੰ ਦੱਸਦਾ ਸੀਗਾ ਵੀ ਮੈਂ ਵਿਆਹ ਤੋਂ ਬਾਅਦ ਦੋ ਨਿਆਣੇ ਕਰਨੇ ਚਾਹੁੰਦਾ ਇਹ ਫੈਮਿਲੀ ਪਲੈਨਿੰਗ ਆ ਫਿਊਚਰ ਪਲੈਨਿੰਗ ਦੀ ਗੱਲ ਚੱਲ ਰਹੀ ਹੈ ਨਿਆਣੇ ਚਾਹੀਦੇ ਹਰ ਕੋਈ ਪੁੱਛਦਾ ਯਾਰ ਕਿ ਕਿੰਨਾ ਕਮਾਉਣਾ ਹੈ ਕਿੰਨਾ ਪੜਿਆ ਹੈ ਤੈਨੂੰ ਮੇਰੀ ਸ਼ਕਲ ਦੇਖ ਕੇ ਕੀ ਲੱਗਦਾ ਮੈਂ ਕਿੰਨਾ ਕੁ ਪੜਿਆ ਲਿਖਿਆ ਰਹਿਣ ਦੇ ਰਹਿਣ ਦੇ ਬਸ ਫਿਰ ਬੇਇੱਜ਼ਤੀ ਕਰੇਂਗੀ ਮੇਰੀ ਵੈਸੇ ਤੂੰ ਕਰਦਾ ਕੀ ਹੈ ਜਿਹੜਾ ਸੂਤ ਆ ਜੇ ਪੰਜਾਬੀ ਕਲਾਕਾਰਾਂ ਦੇ ਫੇਸਬੁੱਕ ਦੇ ਉੱਤੇ ਲਾਈਕ ਵਧਾਉਣਾ ਤੇ ਯੂਟਿਊਬ ਦੇ ਉੱਤੇ ਵਿਊ ਆ ਕਿਹੋ ਜਿਹਾ ਕੰਮ ਹੋਇਆ ਉਹ ਪੰਜਾਬੀ ਇੰਡਸਟਰੀ ਤਾਂ ਖੜੀ ਇਹਦੇ ਤੇ ਆ ਲੈ ਪੰਜਾਬੀ ਇੰਡਸਟਰੀ ਤੋਂ ਯਾਦ ਆ ਗਿਆ ਬੀਨੂ ਢਿੱਲੋਂ ਦੇ ਫੇਸਬੁੱਕ ਦੇ ਉੱਤੇ ਲਾਈਕ ਵਧਾਉਣੇ ਸੀ ਭੋਲੇ ਹਾਂਜੀ ਬਾਜੀ ਉਹ ਬੀਨੂ ਢਿੱਲੋਂ ਨੇ ਇੱਕ ਫੇਸਬੁੱਕ ਦੇ ਉੱਤੇ ਫੋਟੋ ਪਾਈ ਆ ਉਹਦੇ ਤੇ ਕਮੈਂਟ ਸੈੱਟ 500-700 ਆ ਤਸਰਾ ਟੋਟਾ ਬਾਈ ਜੀ 21 ਤੋਂ ਘੱਟ ਲੱਗਦੇ ਹੋ ਬਾਜੀ ਉਹਨੇ ਤਾਂ ਫੋਟੋ ਹੀ ਬੜੀ ਗੰਦੀ ਪਾਈ ਜੇ ਯਾਰ ਤੈਂ ਉਹਦਾ ਰਿਸ਼ਤਾ ਕਰਾਉਣਾ ਵਾ ਆਪਾਂ ਨੂੰ ਪੈਸੇ ਆਏ ਨੇ 10,000 ਲਾਈਕ ਦੇ ਸੱਟ ਫਟਾਫਟ ਕਮੈਂਟ ਠੀਕ ਹੈ ਬਾਜੀ ਤੂੰ ਤਾਂ ਨਹੀਂ ਵਧਾਉਣੇ ਲਾਈਕ ਲੁੱਕ ਨੋ ਥੈਂਕਸ ਮੈਨੂੰ ਲੋਕ ਪਹਿਲਾਂ ਹੀ ਬਹੁਤ ਲਾਈਕ ਕਰਦੇ ਨੇ ਉਹ ਤਾਂ ਹੈ ਫਿਰ ਬਣਾ ਲਿਆ ਸੁੰਗਚੀ ਨੇ ਸੁੰਗਚੀ ਕੌਰ ਨਹੀਂ
भी रवा के भजाती सी। वो वैसे चली गई सी। फिर किसी और नाल दिल नहीं जोड़िया? कोई मिली नहीं जड़ी सूंची वर्गी होवे। कोई मिली नहीं कि तू किसी और वाल वेख्या नहीं? साड़ी जिंदगी सानू हर चीज़ अपनी मर्जी की मिल जाती है, बस एक दिल ही आ जड़ा अपनी मर्जी का नहीं मिलता। वैसे तो जिन्ना इमोशनल है उन्ना दिखता नहीं। दिखाओ नू हुण मैं पूंड आशकांगू सैड सोंग सुनया करा। रात गई बात गई, अगे वधो। चल तू ये दस, तू कदे दिल नहीं लाया? टाइम हो गया है, मेरी शाम दी ट्रेन है। साड़ी बस करा के अपनी ट्रेन याद आ गई तेनू? खलो जा, भजदी कित्थे दस ना। दिल लाउणा नहीं पैंदा, लग जांदा। मैं तो पहले ही पता सी भी कोई ना कोई कांड तो तू जरूर किया जड़ा अंबरसरी नू मना करना गी। एहो जी कोई गल नहीं है। गल तो यही हुई आ, गाड़ी तेरी अपनी है कि तेनों साढ़े शहर च कढ़ी जानी है। वैसे तेनों साढ़े अंबरसर बारे पता की आ? प्रिंस अंबरसर तो आ। प्रिंस बॉयफ्रेंड? हो फिर तो तू इस रिश्ते पक्का ही मना कर दे। एवें कलू अपने घर वाले चार के प्रिंस ना कॉफिया पीती फिरेंगी? हर चीज मजाक नहीं होंगी। मजाक की है यह जे केसा मैं चंगी तरह जानता। विह तो बाद बंदे अपनी पुरानी सहेली जां आशक मिल जाए ना, उसके लिए दिवाली तो बड़ा त्यौहार होंगे। प्लीज बकवास करनी बंद कर दे। Nonsense. किनू आख्या? तेनू। ओ मैनू पता पर आख्या क्यों? क्यों ना आखा, दिमाग खराब करके रखा है। सवेर तू पूछ रहा कि अंबरसरी नू मना करन क्यों आई है? इस करके मना करन आई है मैं। ओए तू अंबरसरी नू की मना करेंगी? मैं जाके उनू कह के आऊंगा कि तेरे ब्याह दे उते मैं चेक कर लिया, बदतमीज कुड़ी एक नंबर दी, किसे काम दी नहीं, दफा कर। तेरा रिश्ता तो हुण मैं तोड़ाऊंगा। हेवी रूपी यार प्लीज चुप कर जा, रो ना। मेरा मतलब वो नहीं सीगा, मेरा रिकॉर्ड खराब हो जूगा कि मैं हरेक कुड़ी रुआ देना। प्लीज यार तू सही बोलिया सी, मैं नॉनसेंस हाँ। मेरी आदत आ बोलन दी, मजाक करना नहीं हटदा मैं। जो तू मेरे बारे सोचता सी तू बहुत फोन कवर अप करने की कोशिश ना कर। सारे मुंडे एक को चाहिए होते हैं, मेरी गलती है। सारे मतलब? सारे मतलब सारे, प्रिंस भी। हो तू दे करके रोई हाँ? मैं लग गया मैं रोआ थी। यार कपल्स दे विच तां छोटियां मोटियां लड़ाइयां होंदियां रहिंदियां ने। अच्छा दस आप की दिन लड़दे हैं? मैं तो किसी नाल भी लड़ सकती हाँ। इधर आ। ताके तेरा मूड ठीक हो जाए, तेरा गुस्सा शांत हो जाए। प्रिंस भी तो तेन यही समझा हो। प्रिंस मेरी लाइफ तो जा चुके हैं, असी बहुत लड़ते से, ते भावे गलती किसी की भी हो मनाना मैनू ही पैंदा सी। सॉरी तो मैं ही कहना है, उनू अपनी गलती का कदे एहसास ही नहीं होया, कोई गिल्ट नहीं। पर ठीक है, मैं भी इंसान हूँ, मैं भी हर्ट होनी हूँ। फिर की टुट टुट के ना टुट के की वापस जुड़न जी ही नहीं किया, मुंह मोड़ के आ गई। सच्ची मैंने लग गया सी कि इस बार वो मनोण आएगा, पर नहीं, मुंडे थी दाई कोई पौधा। मेरी भी अपनी सेल्फ रिस्पेक्ट आ, मैं भी नहीं गई। छट हसी भी केड़िया गल्ला च पै गए ना यार। तू इमोशनल क्यों हो रहा है? मैं कोई विचारी नहीं हाँ, ते आ जड़ा कुड़ी रोंदी हुई देख के तुसी मोड़ा ऑफर कर दे हो ना, मेरे नाल ना करी, मैं आपदे आप नू सांभलांगी यार। चल लेट हो रहा।
तेन समझ नहीं आ रहा, जे तू रिश्ते बारे इन्ना जानता फिर तेरा सुंगची नाल व्याह क्यों नहीं होया? मैं उन्हें कहता ही तू चली जा, तेरे अर्गियां मैं बथेरिया मिल जाएंगी। तो फिर तू किसी वाल वेख्या नहीं। तेन एक कॉम्प्लीमेंट देव, मेरी समाइल बहुत सोहनी है ना, जब तू समाइल कर दी है ना बहुत सोहनी लगती है। सुमची नु की छड़िया? वो चाइनीज सी। ते? डैडी उन्हें कहते भी चाइना का माल घटे चलता। माल नहीं कुड़ी सी हो। हाँ डैडी उन्हें माल ही कहते। गल्ला बढ़िया टालदा है तू। सुमची कहती व्याह तो बाद कल्ले रहांगे मम्मी डैडी तो बिना। सही गल है, एदे च गलत की है? सारियां एको जिहियां होंदियां। व्याह तो बाद लड़न तो चंगा पहला ही अलग हो जो। यार एक नवा रिश्ता बनाउण दे लई पुराना रिश्ता तोड़ दिए? कुड़ी भी तो घर छड़ के आउंदी है। यार ये रीत तो पुरानी चलती आ रही है। हाँ ते रीत भी तो आपा ही बनाई है, नवी रीत बना लैने कि मुंडा कुड़ी दोनों घर छड़ के आउणगे। तेरा दिमाग हिल गया, उधरों डोली च कुड़ी रोंदी आवे इधरों मुंडा, लोग कहणगे व्याह करा के दोनों रोण डे हो, की फायदा व्याह कराउण दा, आपो अपने घरे बैठो। मैं घरदियां नूं छड्डण लई कह रही हां, त्योहार ते फंक्शन ते सुख दुख च कदी असी उन्हां दे करे कदी ओह साडे करे। ए कदा घर रह गया, पेके हो गए साडे। हाँ ते साडे भी तां ने, जो कुड़ी तो एक्सपेक्ट कर दो आप ही कर लो। तेरा कहने का मतलब जिन्हां ने सानू पढ़ा लिखा के बड़े कीता पालिया पोसिया ताडे चक्कर च असी उन्हां नूं छड्ड के आ जाइए? कुड़ियां नूं मुंडियां नालों ज्यादा प्यार नाल पालिया जांदा है, सेंसिटिव हुंदियां फिर भी घर छड्ड के आउंदियां ने ना। बैठी रहण फिर आपदे घरे, तू गल्लां होरे पासे लै गई। ठीक है फिर, वैसे सही कहंदे ने लोग, ब्याह दे नाल करना चाहिए जिदे नाल सोच मिले। अच्छा सुमची ने तेरे नाल ब्याह नहीं कराया? प्रिंस तां सुची तो भी चंगा रहा जड़ा उन्हें तेनू छड़ता। की क्या? तेरे अर्गियां होंदियां ने जड़ियां घर पड़दियां ने। जे मुंडिया दी सोच तेरे वर्गी होंदी है ना तो कुड़ियां नू मुंडिया नाल व्याह कराउणा ही नहीं चाहिदा। तुसीं एक कम करो, मुंडे मुंडे आपस च व्याह करा लिया करो, हुण तां कानून वी बण गया। मैनूं तां पहले ही शक सी वी तू वी कुड़ी भालण दी है तां ही रिश्ते नू ना करनाई है। शट अप, तेरी बैटिंग आ गई होणी, प्लीज दफा हो जा। मैं अपने मोटरसाइकिल दी पिछली सीट टपटा देणी आ। तेरे शब्दां दे पिछे तेरी गल दा मतलब कुछ होर सी, तू मां प्यो छड्डण नू नहीं कहिंदी, तू रिश्ते च बराबरी चाहनी है। जो कुड़ियां कर सकदियां ने वो मुंडियां नू भी करना चाहिदा। सॉरी। थैंक यू मैनू समझण लई। गल नाल या वख रहिंदी नहीं आ, गल दिलां च प्यार दी आ। थैंक यू। बाबा जी मैनू भी थपकी दे दीजिए। हाँ। मैनू पता नहीं लग रहा, बहुत परेशान हाँ। सवेरे से सवारी बैठती है और उठ के भाग जाती है। सवारी उठ के भाग जाती है? जी जी, और एक रुपया नहीं कमाया, ऊपर से पांच चपेड़ा और हमको रख दिया यहाँ पे। चपेड़ा? अरे मेरा दिमाग खराब हो गया और की गस्सा। इधर तो कुछ है? हाँ ते इसलिए दे आया बाबा जी, आपसे चक्का ग्रीस थोड़ी ना करवाने। अच्छा ये दस, सवेरे कितने तू नींबू तो नंग गया? हाँ सब्जी मंडी तो गया सी, आलू सी बैंगन सी गोभी सी भिंडी सी, नींबू तो होने ही है, उसमें कौन सी रोक लगाई हुई है? बस नींबू तो निकल के तेरे रिक्शे ते बैठ गई चढ़ेल। चुड़ैल? और होर ने किसे नु बैठन दंदी ओ? जमा नहीं, नींबू दे अंदर चुड़ैल बैठ दी। बाबा जी कुछ करो, मेरे बीबी बच्चे सारे भूखे मर जाएंगे। हां बोल। शामी करे जल्दी आ जाओ, राति ब्याह ते जाना है। सत बचन नाले मेनू नवा सूट भी चाहिदा है। मिल जू मिल जू, वो भी मिल जू। बाबा जी मेनू दसो ये चुड़ैल कैसे जाएगी? फिकर ना कर, मेरी ओदे नाल गल हो गई है। गल हो गई? की बोल दी? सूट मंगदी ओ भी नवा। मेरी घरवाड़ी के पास नई सिल्क साड़ी पई है, पहन लेगी? गल करो। साड़ी पाएगी? साड़ी नहीं, मैं तो प्लाजो पोड़ा है, वो भी कढ़ाई वाला। रख दिया फोन। प्लाजो सूट मंगदी अगली, वो भी कढ़ाई वाला। अब आज तो खाली चपेड़ खाए हैं, कल कमाएंगे तो लाके दे देंगे, पक्का वादा। गल करो। कल की ने देखे है? सूट तो उन्हें अज पाने, शाम तक तो उन्हें मेनू चिंबड़ जाने। एक नींबू कितना नुकसान कर गया मेरा।
फिकर ना कर, आज तो मैं सूट ना सामल है, गांव नींबू नाबू देख के लंगी जा, अब जाऊं जा। राइट राइट ले ओके थू राइट रुक चल मैं दस दिया सीधा रुक क्यों मैनू भी सेवा का मौका दे फोन आ गया फोन कट गया चल बोल लेता इसी मैं तेरा फोन यूज कर सकती हूँ हाँ थैंक यू चक्या नहीं बिजी जा रहा है की पता बेचारा तेरा फोन ट्राई करता होए छड वैसे जब मैं अंबरसर आई सी मैं सोचा सी मैं हरमंदर साहब जरूर जाना कितनी दूर है इत्थों अखा मन करिए दा सामने ओदा 15-20 मिनट पर उठे जाण तो पहले तैनू एक सूट लेके देवांगे पंजाबन जट्टी बना के लेके जावांगे के अच्छा चल मैं सूट लेने आया आप ये नींबू हटा दो नींबू तेनू की कहंदा आ जा अंदर नहीं आप हटांदे हो कि नहीं हटांदे नहीं तो मैं दूजी शॉप पे जा रहा अच्छा मैं उतार देना आ जा अंदर मेरा कोई कसूर नहीं है आपके लिए कर रहा चल अंदर चल चल शशि अकाल हां भाई दस की लेना अब मैनू कोई प्लाजो दिखा दो सस्ता वाला बस होना चाहिए कढ़ाई वाला प्लाजो साइज दस केड़ा है साइज कैसे दसे जिसने पहनना है उसको देखा नहीं आप कोई भी फ्री साइज दिखा दो तुसी सुनो हाँ जी बाबू जी प्लाजो लेके आओ नवे फैशन दे जैकलिन स्टाइल ये किन्ने दा है 2000 दा एक 2000 एक मिनट आ चाहिदा ये चाहिदा मैनू दसो प्लीज कौन सा चाहिदा आपको ये वाला कि ये वाला प्लीज किथे चले पाजी मैं ट्राई करन जा रहा लेडी सूट ले ओके है साला पागल हो गया देखी जे कदे चंडीगढ़ च एडे बड़े सूटां दी दुकान है नहीं नहीं ओथे तां कोई सूट पौंदा ही नहीं ना कोई वधिया जिहा सूट दिखाओ अंबरसरिया हुण लो जी बैठो तुसी जो ले आ अंबरसर वाले स्पेशल सूट ले फड़ा अमृतसर दे स्पेशल सूट वाह मैनू तां आ सोहणा लग रहा है ना बहुत भबू तेरे ते ट्राई करा हां ट्रायल रूम किधर है इधर भी है ना आ खाली हो गया जी इधर ट्राई करो तुसी आई हाँ
किवे लग रही है? अपनी जी लगती है। अंबरसरी सूट पाया ना, इत्थे दी लगन दी है। तेरा फोन यूज कर ला, तेरे कोले ही आ। सॉरी। जेड़ा नंबर तुसी डायल किता है वो हमें व्यस्त है, कृपा करके कुछ समय अगेन बिजी कोशिश करो। लंबी गल करदा मुंडा। अच्छा दस, इधर स्टेशन है ते इधर चौक चबूतरा, किधर जाना? एक कॉफी पिए? एक क्यों, दो कॉफियां पीवांगे। तू तो कहंदा सी 250 कॉफी शॉप ने, फिर उठे ही ले आया है। तो है ने, पर ये फिर स्पेशल है ना थोड़ी जी। स्पेशल आ माए गड्डी विच ले आ के खिलारती। चल यार, चाहिए तो बिना मिले चले जाएंगी। कौन है? वो इनू की पूछदा, मैनू पूछ, तेनू मैं चज नाल दसदा मैं कौन आ। इंट्रोडक्शन तो अपने काका मैं भी बहुत खतरनाक तरीके ना दना। प्रिंस तू जा, मैनू इत्थे कौन है? प्रिंस है आत्रे, इट लगी सी कबट्टा। इट क्यों? मेरी वाली लगी आ। ओ प्रिंस तू जा। है कौन है? दस इनू मैं कौन आ। सॉरी यार, मैनू सच्ची नहीं पता तू कौन है, मैनू तो तेरा नाम भी नहीं पता। हाल देख ला अपना, जिन्हू जानदी भी नहीं उन्हां को मंडी है, फिर मैनू कहनी है मैं गलत बोलदा। बेगाने नाल फिरदी हां क्योंकि उन्हां तो चंगा जिन्हां नू मैं जानदी सी। तेरे नाल गल करनी है मैं। सुनया नहीं, उन्हें कहा बेगाना अपने नालों 100 गुणा चंगा, कोई गल नहीं करनी उन्हें तेरे नाल, ते तरो इत्थों। प्लीज ये मेरा पर्सनल मैटर है, मैनू डिसाइड करन दो कि मैं किदे नाल गल करनी है ते किदे नाल नहीं। तू अंदर चल। तू इत्थे रुक, मैं गल करके आउनी हां। की लोड़ है उहदे नाल गल करन दी? तू क्यों घबराया पिया? जे मना लिया उहने तैनू। तैनू की? देख प्रिंस इत्थे तक आया, गल दा जवाब गल तो ही देना पैना, नाले मैं चंडीगढ़ दी कुड़ी हाँ, ना ही किसी सिचुएशन तो डरती ना ही बचती हाँ। आउनी हाँ। हमेशा तू मना आती सी, मैनू सी इस बार भी आएंगी। और कुछ? मैनू नहीं सी पता यार तू इन्नी हर्ट हो जाना। हुण पता लग गया। ओ मिट्टी पा, आई एम सॉरी। इट्स ओके, मैं जावा। यार तेनू होया की आ, जब दो जने रिश्ते च होंदे गलतियां हो जांदियां यार, मेथों भी होगी। साडे रिश्ते च सिर्फ तू सी, मैं तां किते सी नहीं। मैं सच्ची बदल लूंगा अपने आप नूं। मैम
थैंक यू। ओ सर तुसी बाहर बैठे हो, मैडम तो अंदर ने, तुसी भी अंदर आ जाओ। हाँ ओ, अपने भरा ना बैठी है, हाडे रिश्ते की गल करन दी है। रिश्ते की गल? बेस्ट ऑफ लक सर, मैं तुहाडे लई कॉफी वगैरह लै आवां। हाँ नहीं नहीं मैं ओके हाँ, उन्होंने पूछ ला। ठीक है सर। जे मैं तेनूं फिर मिल गई ना तू ओह जिहा ही हो जाएगा। ओ नहीं हुंदा यार, एक मौका तां दे। फ्रेंड समझण दी कोशिश कर, बंदे दी बेसिक नेचर कदे नहीं बदलदी। हुण मैं तेरे कोल नहीं आ ਤਾਂ ਕਰਕੇ ਤੇ ਰਿਕੁਐਸਟ ਆ ਪਾ ਰਿਹਾ ਹੈ। ਜੇ ਮੈਂ ਤੇਰੇ ਨਾਲ ਹੁੰਦੀ ਤੂੰ ਕਦੇ ਇੰਨਾ ਪੋਲਾਈਟ ਹੋਣਾ ਸੀ? ਯਾਰ ਤੂੰ ਸਮਝਣ ਕਿਉਂ ਨਹੀਂ ਡਈ, ਮੈਂ ਸੱਚੀ ਤੈਨੂੰ ਬਹੁਤ ਪਿਆਰ ਕਰਦਾ। ਜੇ ਮੇਰੇ ਤੇ ਨਹੀਂ ਨਾ ਯਕੀਨ, ਮੇਰੇ ਯਾਰਾਂ ਨੂੰ ਪੁੱਛ ਲੈ ਇੱਕ ਵਾਰ। ਵਾਹ, ਪਿਆਰ ਤੈਨੂੰ ਹੈ, ਦੱਸਣਗੇ ਤੇਰੇ ਯਾਰ। ਨਸ ਵੀ ਉਹਨਾਂ ਕੀ ਵੱਡੀ ਸੀ ਮੈਂ। ਮੈਮ ਕੀ ਲਿਆਵਾਂ ਤੁਹਾਡੇ ਲਈ? ਨੋ ਥੈਂਕਸ। ਤੇ ਤੁਹਾਡੇ ਭਰਾ ਲਈ? ਉਹ ਤੂੰ ਭੱਜ ਜਾ ਓਏ, ਛੱਤਰ ਨਾ ਖਾ ਲਈ ਮੈਂ ਤੋਂ। ਸੋਰੀ ਸਰ। ਚੱਲ ਆਪਾਂ ਕੰਮ ਕਰਦੇ ਹਾਂ, ਤੂੰ ਹਲੇ ਕਿਸੇ ਨੂੰ ਵਿਆਹ ਲਈ ਹਾਂ ਨਾ ਕਰੀ। ਆਪਾਂ 6 ਮਹੀਨੇ ਇਸ ਰਿਸ਼ਤੇ ਨੂੰ ਦਿੰਦੇ ਹਾਂ, ਜਾਂ ਤੈਨੂੰ ਮੇਰੇ 'ਤੇ ਯਕੀਨ ਹੋ ਗਿਆ ਮੈਨੂੰ ਹਾਂ ਕਰ ਦੀ। ਸਰ ਮੈਨੂੰ ਨਹੀਂ ਲੱਗਦਾ ਤੁਹਾਡਾ ਕੰਮ ਬਣਨਾ ਜੇ, ਉਹਨਾਂ ਦਾ ਭਰਾ ਬੜਾ ਤੱਪਿਆ ਜੇ। ਚੰਗਾ ਹੀ ਹੈ ਜੇ ਤੱਪਿਆ, ਖੌਰੇ ਲੜੇ ਪੈਣ ਫਿਰ ਚੰਗੀ ਰਹਿੰਗੀ ਜੇ ਮੈਂ ਜ਼ਹਿਰ ਖਾ ਲਿਆ। ਤੁਹਾਨੂੰ ਬੁਲਾ ਰਹੇ ਨੇ। ਸੌਰੀ, ਆਪ ਸਮਝ ਨਹੀਂ ਆ ਰਿਹਾ ਕਿੱਦਾਂ ਹੋ ਗਿਆ, ਤੁਸੀਂ ਜਾ ਕੇ। ਪਿੱਛੇ ਕੌਣ ਬੁਲਾ ਰਿਹਾ ਸੀ? ਉਹ ਅੱਛਾ ਉਹਨੂੰ ਬੁਲਾ ਰਹੇ ਸੀ। ਆਮ ਸੋ ਸੌਰੀ, ਤੁਸੀਂ ਜਾ ਕੇ ਡਰਾਈ ਕਰ ਲਓ, ਜਾ ਜਾਓ। ਕੋਈ ਗੱਲ ਨਹੀਂ, ਮੈਂ ਇੱਥੇ ਵੇਟ ਕਰਦੀ ਹਾਂ, ਤੁਸੀਂ ਜਾ ਕੇ ਡਰਾਈ ਕਰ ਲਓ। ਹਾਂਜੀ ਖੂਕਦਾ ਸੀ ਅੱਜ। ਛੇਤੀ ਕਰ ਲਾ, ਛੇਤੀ ਕਰ ਲਾ, ਛੇਤੀ ਕਰ ਲਾ। ਨਾਲੇ ਤਾਂ ਕਹਿੰਦੀ ਸੀ ਮੈਂ ਭੱਜਦੀ ਨੀਗੀ। ਤੂੰ ਤਾਂ ਡਰ ਕੇ ਭੱਜ ਹੀ ਲਿਆ ਸੀ। ਡਰ ਡਰਨਾ ਹੀ ਕੋਈ ਗੱਲ ਨੀ ਹੈਗੀ, ਉਹ ਤਾਂ ਮੈਨੂੰ ਲੱਗਿਆ ਵੀ ਕੀ ਰੱਖਿਆ ਲੈਣਾ ਯਾਰ ਉਹਨੇ ਜਹਾਂ। रिक्शा, रिक्शा। जी बाबूजी। रिक्शा जी, अस्पताल जाना है। अस्पताल जाना है, बैठो बाबूजी। होली होली लेके चली जी, मेरे ना मणके हिले हुए हैं। नहीं नहीं बाबूजी, बिल्कुल चिंता ना करो, तुसी बिल्कुल जीरो स्पीड पे चलूंगा। सवारी भगवान के बराबर होती है, आपको ऐसा लगेगा कि मासी कार में बैठे हो। मर्सिडीज? हाँ वही वही वही। सेट हो गए बाबूजी? हाँ। ये स्पीड ठीक है जी? हाँ। आराम से बस। ये ठीक है कि स्पीड? बिल्कुल ठीक है, बस यही रहे। ओके, चिंता ना करो तुसी। रुक 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 रुक। सरदार जी नु फिर ले आई मेनू कुटवाने। रुक ना, यू कर ले। मेनू प्रिंस ठीक नहीं लगता है, एक बारी फिर सोच ला। ओ नहीं, मेरा फोन। फोन 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 फोन। ਪਾਸੇ ਹੋ ਜਾਓ, ਪਾਸੇ ਹੋ ਜਾਓ।
रोकूंगा तेनू, कभी नहीं रोकूंगा। ओ मामा इलाके च बड़ी इज्जत है यार, वीर बन के खड़ जा, ओ कुछ ले दे के सेट कर ले। मैंने मैनू पैसे नहीं चाहिए, तू पुलिस वाला होके मैनू रिश्वत दे रहा है, शर्म नहीं आती? एक बारी काबू आ जा, जे पुत तेरा मुड़ ना ना खेलता तो मेरा नाम भी दलजीत सिंह होना सदी। अब सही स्पीड में छोड़ेंगे। मेहरबानी। चोर, चोर एक नंबर दे। तेरे नुकीले कैसे तू पाज जाएगा? पाज मानने से पहले मेरी एक गलत सुन लो। तुम भी अंबरसर से हो? इस मैडम ने अंबरसर नू उल्टा सीधा बोलिया। तामे इस नू उल्टा सीधा बोले मेरी की गलती पाजी। वैनी है, जदो भैया नहीं अंबरसर बारे माड़ा सुन दिया, आ सरदार के मैं सुन लूंगा। शाबाश भैया, शाबाश, प्राउड ऑफ यू। चल मेरे बगा, निकल। चल मेरा फोन, कितने मेरा फोन? दस, कितने? दस, दस। फोन मिलता है? ये फोन है मेरे पास। अब तेरा फोन है? 1100 रुपये था। शक। आ मेरा फोन नहीं है, तू मेरा फोन बेच दो ना, तू मेरा फोन बेच दे। दे देना यार दा फोन। नहीं मैनू नहीं पता पाजी कितने फोन, मैनू नहीं पता। ओ भैया, स्ट्रीट को कम बंडी है, स्ट्रीट पे चुड़ैल। चुड़ैल, चुड़ैल ने मन का हिला दिया। मिल गया, मिल गया, मिल गया, मिल गया। शाबाश भैया, अंबरसर बारे इतना विचार रखने ने। चल अंबरसर ही मेरी ट्रेन लग जू। जोंदर है बापे, ये फोन सीट के अंदर चुड़ैल बन के बैठा था। ओ मनका भैया उठो बाबू, अब बाबूजी आप उठो, मैं सारे आपके गिरे मन के डलवा दूंगा। मैंने गलती, इतने बैठो। पीछे, पीछे ना, मैं इतने जाना सी बस। आप बैठो जी बाबूजी। बैठ। ट्रेन आने में 20-25 मिनट बाकी ने। मेरा एक काम करेगा, मैं इससे लिखता कि मैं ब्याह क्यों नहीं करवाना, चबूतरे वाले दे दी। चौंक चबूतरा। ओके। ट्रेन भी आने वाली हुई है। ट्रेन अभी आज
पता ही नहीं लग गया। वैसे रखना रख ला, मैं तो लब्बे ही सी। लब्बी हुई चीज गवाई दी नहीं हुंदी। अपना नंबर ता दे जल्दी, मेरे फोन च बैटरी भी घट। मेरा नंबर की करना, आपां कड़ा हुण मिलना। अज दा सारा दिन याद रखी। आ भी सियाणी गल कीती है तू। मैं बंदा ही सियाणा, सवेर दा तेरना घूम रहा, तेनू कितें लग्या मैं छदाइयां। अच्छा ओ चौंक चबूतरे वाला दा फोन आया? नहीं आया, नॉट माय इंटरेस्टेड। उनू पर्ची दे दी बस। यार पर्चियां पर्चियां छड, तू उनू फोन करके ना कर दे। ना हुण मैं तेनू मिल ली, मैनू पता लग गया कि अंबरसर दे मुंडे बहुत इमोशनल हुंदे। मेरे तो नहीं होना फोन ते। हां पर्ची वाला सिस्टम ही सही है। वैसे सवेर दे आपां दोनों इकट्ठे आ, सानू एक दूजे दा ना ही नहीं पता। ना की है तेरा? ना हैशटैग अंबरसरिया। ते तेरा? @ चंडीगढ़ आली। चल बाय बाय। हेलो। ओ हाय। जी मैं थोड़े घर आई सी, लॉक लग्या हुआ सी, आंटी ने दसिया। नहीं मैं तो ट्रेन स्टेशन पहुंच गया। 15-20 मिनट हैगे ट्रेन नू अजे। ओके ठीक आ, स्टेशन दे बाहर मिलते हैं। बाय। ਉਦਾਸ ਹੋਇਆ ਕਿ ਭਾਜੀ ਆਪਣੇ ਦੋ ਤਿੰਨ ਪੇਜ ਹੈਕ ਕਰ ਲਏ ਕਿਸੇ ਨੇ। ਆਰਟਿਸਟ ਕਹਿੰਦੇ ਤੁਹਾਡਾ ਕੰਮ 'ਚ ਧਿਆਨ ਨਹੀਂ ਹੈਗਾ, ਪੈਸੇ ਮੰਗਣ ਡਏ ਨੇ ਵਾਪਸ, ਤੁਸੀਂ ਕਿੱਥੇ ਤੁਰੇ ਫਿਰਦੇ ਹੋ ਭਾਜੀ? ਧੱਕੇ ਖਾ ਰਹੇ ਹਾਂ ਯਾਰ। ਚੱਲ ਤੂੰ ਫੋਨ ਰੱਖ, 10 ਮਿੰਟ 'ਚ ਆ ਗਿਆ ਮੈਂ। ਤੂੰ ਇੱਥੇ ਕਰਨ ਡਈ ਹੈ? ਉਹਦਾ ਫੋਨ ਆਇਆ ਸੀ। ਪ੍ਰਿੰਸ ਦਾ? ਤੂੰ ਫਿਰ ਮੰਨ ਗਈ? ਉਹਦਾ ਨਹੀਂ, ਚੌਂਕ ਚਬੂਤਰੇ ਵਾਲੇ ਦਾ। ਓਏ ਹੋਏ ਚੌਂਕ ਚਬੂਤਰੇ ਵਾਲੇ ਦਾ, ਐਕਟੀ ਤਾਂ ਬੋਲਿਆ ਵੀ ਸਹੀ। ਕੀ ਕਹਿੰਦਾ ਫਿਰ? ਕੁਛ ਨਹੀਂ, ਕਹਿੰਦਾ ਸਟੇਸ਼ਨ ਦੇ ਬਾਹਰ ਮਿਲਦੇ ਆ, ਵੇਟ ਕਰ। ਤੇ ਤੂੰ ਵੇਟ ਕਰਨਾ ਕੀ? 15-20 ਮਿੰਟ ਹੈਗੇ ਜੀ ਟ੍ਰੇਨ ਨੂੰ, ਇਹ ਗੱਲ ਕਰਨ ਨੂੰ ਵੀ ਠੀਕ ਲੱਗ ਰਿਹਾ ਸੀ। ਮੈਨੂੰ ਲੱਗਦਾ ਤੇਰੀ ਗੱਲ ਬਣ ਜਾਣੀ ਹੈ। ਇਹੋ ਜੀ ਕੋਈ ਗੱਲ ਨਹੀਂ, ਉਹਦਾ ਫੋਨ ਆਇਆ ਕਹਿੰਦਾ ਮਿਲ ਲੈ, ਮੈਂ ਉਹੀ ਤਾਂ ਕਰਨ ਆਈ ਸੀ ਇੱਥੇ। ਤੇ ਫਿਰ ਪਰਚੀ ਪਾੜਦਾ? ਦੇਖ ਲਾ ਨਾ, ਹੋਰ ਨੂੰ ਤਵੀਤ ਬਣਾ ਕੇ ਹੁਣ ਮੈਂ ਗੱਲ 'ਚ ਪਾ ਲਵਾਂ। ਚੰਗੀ ਭਲੀ ਚੰਡੀਗੜ੍ਹ ਜਾਂਦੀ ਜਾਂਦੀ ਵਾਪਸ ਮੁੜ ਆਈ। ਤੂੰ ਜ਼ਿਆਦਾ ਨਹੀਂ ਸੋਚ ਲੈਂਦਾ। ਹੋ ਆ ਗਿਆ। ਕਿੱਡਾ ਚਾ ਚੜਿਆ ਈ ਉਹਦੇ ਆਉਣ ਦਾ। ਐਂ ਕਰ ਫੋਨ ਕਰ ਲਾ, ਕਿਤੇ ਤੇਰੀ ਟ੍ਰੇਨ ਨਾ ਲੰਘ ਜੇ ਉਹਦੇ ਆਉਣ ਤੋਂ ਪਹਿਲਾਂ। ਕੀ ਹੋਇਆ? ਬੈਟਰੀ ਖਤਮ। ਇੱਕ ਤਾਂ ਤੇਰਾ ਫੋਨ ਬੜਾ ਨਹਿਸ਼ਾ ਯਾਰ, ਕਦੇ ਇਹਦੀ ਬੈਟਰੀ ਮੁੱਕ ਜਾਂਦੀ ਹੈ, ਕਦੇ ਖੋ ਜਾਂਦਾ। ਤੂੰ ਇੱਕ ਕੰਮ ਕਰ, ਇਹਨੂੰ ਸੁੱਟ ਦੇ, ਮੈਂ ਚੱਕ ਲੂੰ। ਵੈਰੀ ਫਨੀ। ਆ ਲੈ ਮੇਰੇ ਫੋਨ ਤੋਂ ਕਰ ਲੈ, ਤੇਰੇ ਨੰਬਰ ਤੋਂ ਬਾਅਦ ਉਹਦੇ ਹੀ ਡਾਇਲ ਹੈ। ਬਿਜ਼ੀ ਆ ਰਿਹਾ। ਅਨਾਊਂਸਮੈਂਟ ਵੀ ਹੋ ਗਈ, ਛੱਡ ਹੁਣ ਮੈਂ ਜਾਂਦੀ ਹਾਂ, ਬਾਏ। ਇੱਕ ਮਿੰਟ, ਤੇਰੇ ਫੋਨ 'ਚ ਮੇਰਾ ਨੰਬਰ ਕਿਵੇਂ ਆਇਆ? ਤੂੰ ਉਹ ਛੱਡ, ਇਹ ਦੱਸ ਸੇਮ ਫੋਨ ਤੋਂ ਉਹੀ ਨੰਬਰ ਮਿਲਾਈਏ ਤਾਂ ਮਿਲਦਾ ਕਿਉਂ ਨਹੀਂ? ਇੱਕ ਫੋਨ ਤੋਂ ਉਸੇ ਫੋਨ ਨਹੀਂ ਮਿਲੂਗਾ, ਇੰਪੋਸੀਬਲ। ਤੂੰ ਮਿਲਾਇਆ ਸੀ 15 ਮਿੰਟ ਬਾਅਦ, ਇੱਕ ਨਹੀਂ ਦੋ ਵਾਰ, ਇਸ ਫੋਨ ਤੋਂ ਇਸੇ ਫੋਨ ਦਾ ਨੰਬਰ। ਤੂੰ ਆਖਿਆ ਹੀ ਨਾ, ਜੋ ਤੈਨੂੰ ਸਮਝੇ, ਜੋ ਤੈਨੂੰ ਜਾਣੇ, ਜਿਸ ਨਾਲ ਤੇਰੇ ਸੋਚ ਵਿਚਾਰ ਮਿਲਣ, ਉਹਦੇ ਨਾਲ ਵਿਆਹ ਕਰਾਏਂਗੀ। ਅਤੇ ਦੇਖ ਰੱਬ ਦੀਆਂ ਖੇਡਾਂ, ਮੇਰੇ ਕੋਲ ਆ ਕੇ ਮੇਰੇ ਹੀ ਘਰ ਦਾ ਐਡਰੈਸ ਪੁੱਛਣ ਲੱਗ ਗਈ। ਮੈਨੂੰ ਲੱਗਿਆ ਇਸ ਤੋਂ ਵਧੀਆ ਤਰੀਕਾ ਨਹੀਂ ਮਿਲਣਾ ਆਪਣੇ ਜੀਵਨ ਸਾਥੀ ਨੂੰ ਜਾਣਨ ਦਾ। ਮੈਂ ਤਾਂ ਤੈਨੂੰ ਫੋਟੋ 'ਤੇ ਪਸੰਦ ਕਰ ਲਿਆ ਸੀ, ਪਰ ਤੂੰ ਤਾਂ ਫੋਟੋ ਤੋਂ ਵੀ ਸੋਹਣੀ ਨਿਕਲੀ।
ब्याह कराएंगी मेरे ना। तेनों एक गल कहां, मैं संगती बहुत सोना। जो तू संगती है बहुत सोहनी लगती। हेलो चिबड़ी जाती जाती अंबरसरी जवाब तो दिंदी जा भी तेरी हां है कि ना। जे कल नू साडा व्याह हो गया तू तां भी अंबरसरी कह कह के अपने नक उच्ची रखनी। जे व्याह हो गया फिर तां तू अंबरसर दी सरदार नहीं बन जाना, तैनू भी आणख रखनी पैनी आ। ठीक आ, फिर तैनू भी चंडीगढ़ियां दे जवाई होण दीआं सारीआं शर्तां निभाउणीआं पैणीआं। मान लांगे, पर पहले ये गरंटी तां दे वे मैं चंडीगढ़ियां दा जवाई बणूंगा। वैसे थोड़े चंडीगढ़ वालिआं दीआं फालतू शर्तां है की? फालतू दा की मतलब है? जो भी होन गया थोड़े अंबर सरिये तो ता टंग दिया ही होन गया। ओ जा जा देख ले मैं ताडे टंग। साडे शहर दी कुड़ी गई हुंदी ना किसी नु ना करन, 5 मिनट दे काम ने मिट के मुड़े आउंदी ते तू सवेर दी आई हुई है शाम होगी हाले भी पता नहीं हां है कि ना। अच्छा ते मतलब तुसी ज्यादा सियाने हो ना? फिर तुसी घट सियाने हो। असि कमले आ ना? फिर पागल हो? थोड़े तो ता चंगे आ 24 घंटे ड्याड्या नहीं करदे। ओ कल नु तेरे जदों अपने न्याड़े ड्याड्या करनगे उन्हां नु रोक के दिखाई जान डईया। अच्छा जान दई है। जाके ऑन दई है। बाय बाय चिमड़िए। आरजी एंटरटेनमेंट के साथ आप 2K और 4K USD में अनलिमिटेड अनरिलीज मूवीज का आनंद ले सकते हैं जो सिर्फ $5 प्रति माह है। हम बाजार में उपलब्ध सबसे नवीन इनोवेटिव कंटेंट को प्राप्त करने और डिलीवर करने के लिए लगातार प्रयास कर रहे हैं। जब आप हमारे प्रीमियम मेंबरशिप पैकेज में शामिल होते हैं तो न केवल आप तुरंत अनरिलीज नए थिएटर मूवीज एक्सेस प्राप्त करते हैं, एक्सक्लूसिव मेंबर्स ओनली मूवी अपलोड, नई हिंदी मूवीज रोज शाम 7 बजे, 2K में क्वालिटी कंटेंट और अद्भुत 4K USD रेजोल्यूशन। आप RG एंटरटेनमेंट की प्रबंधक टीम के साथ लाइव चैट करने के लिए विशेष एक्सेस भी प्राप्त करते हैं। आज के डिजिटल स्पेस में हिंदी फिल्मों के प्रमुख डिजिटल डिस्ट्रीब्यूटर, प्रीमियम मेंबरशिप सब्सक्रिप्शन पैकेज ज्वाइन करें और आज ही टॉप फिल्मों का आनंद लेना शुरू करें। RG एंटरटेनमेंट, असीमित एंटरटेनमेंट।